ਸ੍ਰੀ ਵਾਹੇ ਗੁਰੂ ਜੀ। ਉਜਵਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿਲੇ ਹੋ ਅੰਗੁਰੀਆ ਗਰਤ ਪਰਤ ਗਹਿਲੇ ਹੋ ਅੰਗੁਰੀਆ ਸ਼ਰਵਨ ਨ ਸੁਰਤ ਨੈਨ ਸੁੰਦਰ ਨਹੀਂ ਸ਼ਰਵਨ ਨ ਸੁਰਤ ਨੈਨ ਸੁੰਦਰ ਨਹੀਂ ਦੁਆਰ ਰਟਤ ਪਿੰਗੁਰੀਆ ਆਰਤ ਦੁਆਰ ਰਟਤ ਪਿੰਗੁਰੀਆ ਦੀਨਾਨਾਥ ਅਨਾਥ ਕਰਣਾ ਮੈਂ ਦੀਨਾਨਾਥ ਅਨਾਥ ਕਰਣਾ ਮੈਂ ਸਾਜਨ ਮੀਤ ਪਿਤਾ ਮਹਿ ਤਰੀਆ ਸਾਜਨ ਮੀਤ ਪਿਤਾ ਮਹਿ ਤਰੀਆ ਚਰਨ ਕਮਲ ਹਿਰਦੈ ਗਹਿਨਾਨਕ ਪੈ ਸਾਗਰ ਸੰਤ ਪਾਰੇ ਉਤਰੀਆ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਾਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਜਿਨ ਤੂੰ ਨਾਹੀ ਵਿਸਰਿਆ ਸਤਨਾਮ ਵਾਹਿਗੁਰੂ ਜੀ ਮਾਰੂ ਮਹੱਲਾ ਚੌਥਾ ਹਉ ਪੂੰਜੀ ਨਾਮ ਦਸਾਏ ਦਾ ਕੋ ਦੱਸੇ ਹਰ ਧਨ ਰਾਸ ਹਉ ਤਿਸ ਵਿਟ ਹੋ ਖਨ ਖੰਨੀਐ ਮੈਂ ਮਿਲੇ ਹਰ ਪ੍ਰਭ ਪਾਸ ਹਉ ਪੂੰਜੀ ਨਾਮ ਦਸਾਏ ਦਾ ਕੋ ਦੱਸੇ ਹਰ ਧਨ ਰਾਸ
ਹੋ ਤਿਸ ਵਿਟ ਹੋ ਖਨ ਖੰਨੀਐ ਮੈਂ ਮਿਲੇ ਹਰ ਪ੍ਰਭ ਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਚੌਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੀ ਪਾਵਨ ਗੋਦੀ ਦਾ ਆਨੰਦ ਪ੍ਰਾਪਤ ਕਰੇ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰੂ ਪਾਤਸ਼ਾਹ ਜੀ ਨੇ ਤਰਸ ਕਰਕੇ, ਮਿਹਰ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ 'ਚ ਬੈਠਣ ਦੀਆਂ ਇਸ ਭਾਗ ਘੜੀਆਂ ਬਖਸ਼ੀਆਂ ਨੇ। ਆਪ ਜੀ ਨੇ ਗੁਰੂ ਦਰਬਾਰ ਵਿੱਚ ਹਾਜ਼ਰੀ ਭਰਦਿਆਂ ਗੁਰੂ ਕੇ ਸਵਾਰਿਆਂ ਪਾਸੋਂ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤਿਨ੍ਹਾਂ ਪਾਵਨ ਸਲੋਕਾਂ ਦੇ ਕੁਝ ਕੁ ਵਿਚਾਰ ਨੂੰ ਸਰਵਣ ਕੀਤਾ ਹੈ। ਉਪਰੰਤ ਪਾਤਸ਼ਾਹ ਜੀ ਨੇ ਜੋ ਸਥਾਨ ਦੀ ਨਿੱਤ ਦੀ ਮਰਿਆਦਾ ਮੁਤਾਬਕ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੀ ਪਾਵਨ ਬਾਣੀ ਦੀ ਲੜੀਦਾਰ ਵੀ ਚਾਲ ਚੱਲ ਰਹੀ ਹੈ, ਉਸ ਦੇ ਅਧੀਨ ਸ਼ਬਦ ਦੇ ਪਹਿਲੀਆਂ ਦੋ ਪੰਕਤੀਆਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਗੁਰੂ ਸਵਾਰਿਓ, ਸਵੇਰੇ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ। ਮਹਾਂਪੁਰਖ ਕਹਿੰਦੇ ਨੇ ਜੇ ਗੁਰੂ ਦੇ ਘਰ ਤੋਂ ਕੁਝ ਪ੍ਰਾਪਤ ਕਰਨਾ ਆ, ਜੇ ਸੰਗਤ ਵਿੱਚ ਆਏ ਹਾਂ ਅਤੇ ਕੁਝ ਲਾਹਾ ਲੈ ਕੇ ਘਰਾਂ ਨੂੰ ਜਾਣਾ ਆ, ਜਿਹੜੇ ਮਹਾਂਪੁਰਖ ਗੁਰਸਿੱਖ ਨਾਮ ਦੀ ਕਮਾਈ ਕਰਨ ਵਾਲੇ, ਉਹ ਕਹਿੰਦੇ ਨੇ ਕਿ ਮਨੁੱਖ ਦੇ ਪੱਲੇ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਹੋਣੀਆਂ ਚਾਹੀਦੀਆਂ ਨੇ। ਪਹਿਲੀ ਗੱਲ, ਜੇ ਤੂੰ ਸਤਸੰਗਤ ਵਿੱਚ ਬੈਠਣਾ ਚਾਹੁੰਦਾ ਆ ਤਾਂ ਮਹਾਂਪੁਰਖ ਕਹਿੰਦੇ ਆ ਕਿ ਤੇਰੇ ਪੱਲੇ ਨਿਮਰਤਾ ਜ਼ਰੂਰ ਹੋਵੇ। ਦੂਸਰੀ ਗੱਲ, ਗੁਰੂ ਕੇ ਪਿਆਰਿਓ, ਜੇ ਸੰਗਤ ਵਿੱਚ ਬੈਠਦਿਆਂ ਸਾਰ ਕੁਝ ਲਾਹਾ ਲੈਣਾ ਚਾਹੁੰਦਾ ਆ, ਦੂਜੀ ਗੱਲ ਤੇਰੇ ਕੋਲ ਸ਼ਰਧਾ ਜ਼ਰੂਰ ਹੋਵੇ। ਅਤੇ ਤੀਸਰੀ ਗੱਲ, ਗੁਰੂ ਕੇ ਪਿਆਰਿਓ, ਮਹਾਂਪੁਰਖ ਕਹਿੰਦੇ ਨੇ ਕਿ ਇਕਾਗਰਤਾ ਜ਼ਰੂਰ ਹੋਵੇ। ਨਿਮਰਤਾ ਤੋਂ ਬਿਨਾਂ ਮੈਂ ਬੇਨਤੀ ਕਰਾਂ ਪਿਆਰਿਓ, ਸਵੇਰ ਦੇ ਮੁੱਖ ਵਾਕ ਦੀ ਵਿਚਾਰ ਕਰਦਿਆਂ ਮੈਂ ਇਹ ਗੱਲ ਆਖੀ ਸੀ, ਜਦੋਂ ਤੱਕ ਬੰਦਾ ਇਹ ਨਹੀਂ ਕਹਿੰਦਾ ਕਿ ਮੈਂ ਨਿਰਗੁਣ ਆ ਰਿਹਾ ਹਾਂ, ਉਦੋਂ ਤੱਕ ਸੱਚੀ ਗੱਲ ਹੈ ਨਾਮ ਦਾ ਮਹਾਰਸ ਇਹਦੇ ਬੁੱਲਾਂ ਨਾਲ ਲੱਗ ਨਹੀਂ ਸਕਦਾ। ਬੰਦਾ ਇਸ ਗੱਲ ਨੂੰ ਸਵੀਕਾਰ ਕਰੇ, ਮਹਾਰਾਜ ਮੈਂ ਔਗੁਣਾਂ ਦਾ ਸਾਗਰ ਹਾਂ, ਤੂੰ ਗੁਣਾਂ ਦਾ ਸਾਗਰ ਹਾਂ, ਮਹਾਰਾਜ ਮੇਰੇ ਅੰਦਰ ਪਾਪ ਨੇ, ਤੂੰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਆ। ਜਦੋਂ ਤੱਕ ਸਿੱਖਾ ਤੇਰੇ ਅੰਦਰ ਸੱਚੀ ਮੁੱਚੀ ਬਾਹਰ ਮੁਖੀ ਕੇਵਲ ਨਹੀਂ ਅੰਦਰੂਨੀ ਨਿਮਰਤਾ ਜਦੋਂ ਤੱਕ ਨਹੀਂ ਆਉਂਦੀ, ਉਦੋਂ ਤੱਕ ਸੰਗਤ ਦਾ ਜਿਹੜਾ ਪੂਰਨ ਲਾਭ ਪ੍ਰਾਪਤ ਨਹੀਂ ਹੁੰਦਾ। ਪਹਿਲੀ ਗੱਲ, ਅੰਦਰ ਨਿਮਰਤਾ ਹੋਵੇ, ਗੁਰੂ ਦੇ ਅੱਗੇ ਸੱਚਮੁੱਚ ਅਰਦਾਸ ਕਰੀਏ, ਮਹਾਰਾਜ ਮੇਰੇ ਵਿੱਚ ਔਗੁਣ ਨੇ, ਇਤਨੇ ਔਗੁਣ ਆ ਉਹ ਗਿਣੇ ਨਹੀਂ ਜਾਂਦੇ। ਪਿਆਰਿਆ, ਮੈਂ ਭਾਵੇਂ ਔਗੁਣਾਂ ਨਾਲ ਭਰਪੂਰਿਆ, ਪਰ ਮੈਨੂੰ ਪਤਾ ਆ ਕਿ ਮੇਰੇ ਔਗੁਣ ਗਿਣੇ ਜਾ ਸਕਦੇ ਆ, ਤੇਰੀਆਂ ਰਹਿਮਤਾਂ ਕਦੇ ਗਿਣੀਆਂ ਨਹੀਂ ਜਾ ਸਕਦੀਆਂ। ਅੰਦਰੋਂ ਨਿਮਰਤਾ ਧਾਰ ਕੇ, ਪਹਿਲੀ ਗੱਲ ਨਿਮਰਤਾ, ਦੂਸਰੀ ਗੱਲ ਸ਼ਰਧਾ ਹੋਵੇ। ਜੋ ਮੈਂ ਤੇਰੇ ਚਰਨਾਂ 'ਚ ਬੈਠ ਕੇ ਸੁਣਿਆ, ਗਰੀਬ ਨਿਵਾਜ ਕਿਰਪਾ ਕਰ, ਮੇਰੇ ਹਿਰਦੇ ਦੇ ਅੰਦਰ ਇਤਨਾ ਪ੍ਰੇਮ ਬਖਸ਼, ਇਤਨਾ ਪਿਆਰ ਬਖਸ਼,
ਮਹਾਰਾਜ ਮੇਰੇ ਅੰਦਰ ਇਤਨੀ ਭਾਵਨਾ ਪੈਦਾ ਕਰ ਕਿ ਜਦੋਂ ਮੈਂ ਤੇਰੇ ਦਰਬਾਰ ਚ ਬਹਿੰਦਾ ਹਾਂ ਤੇਰਾ ਇੱਕ ਇੱਕ ਬਚਨ ਮੇਰੇ ਦਿਲ ਨੂੰ ਵਿੰਨ ਕੇ ਜਾਏ। ਤੀਸਰੀ ਗੱਲ ਗੁਰੂ ਕੇ ਪਿਆਰਿਓ, ਜਦੋਂ ਤੇਰੇ ਦਰਬਾਰ ਵਿੱਚ ਬੈਠੀ ਦਾ ਆ ਮਹਾਰਾਜ, ਸਾਰੀ ਉਮਰ ਚੰਚਲਤਾਈ ਦੇ ਵਿੱਚ, ਸਾਰੀ ਉਮਰ ਬਾਹਰ ਨੂੰ ਭੱਜਦਿਆਂ, ਸਾਰੀ ਉਮਰ ਦੁਨੀਆਂ ਦੇ ਭੱਜ ਦੌੜ ਦੇ ਵਿੱਚ ਮੈਂ ਬਿਤਾ ਦਿੱਤੀ। ਤੀਸਰੀ ਬਖਸ਼ਿਸ਼ ਮਹਾਂਪੁਰਖ ਕਹਿੰਦੇ ਸੀ, ਅਰਦਾਸ ਕਰਿਆ ਕਰ ਮਹਾਰਾਜ, ਕਿਰਪਾ ਕਰੋ ਜੇ ਤੇਰੇ ਕੋਲ ਬੈਠਿਆਂ ਤੇ ਕੇਵਲ ਤੂੰ ਹੀ ਚਿੱਤ ਵਿੱਚ ਆਵੇ, ਹੋਰ ਕੋਈ ਆਵੇ ਨਾ। ਇਸ ਕਰਕੇ ਪਿਆਰਿਓ, ਨਿਮਰਤਾ, ਸ਼ਰਧਾ, ਇਕਾਗਰਤਾ, ਇਹ ਜਿਸ ਸਤ ਸੰਗੀ ਦੇ ਪੱਲੇ 'ਚ ਨੇ, ਸੱਚੀ ਗੱਲ ਹੈ ਉਹਦੀ ਜਿਹੜੀ ਝੋਲੀ ਆ, ਉਹਦੀ ਝੋਲੀ 'ਚ ਨਾਮ ਦੀ ਜਿਹੜੀ ਅਮੋਲਕ ਵਸਤੂ ਪੈਂਦੀ ਹੈ। ਮੇਰੇ ਗੁਰੂ ਰਾਮਦਾਸ ਨੇ ਅੱਜ ਫਿਰ ਬਚਨਾਂ ਦੇ ਵਿੱਚ ਨਾਮ ਨੂੰ ਇੱਕ ਅਮੋਲਕ ਧਨ, ਇੱਕ ਅਮੋਲਕ ਵਸਤੂ, ਇੱਕ ਅਮੋਲਕ ਪਦਾਰਥ ਲਿਖ ਕੇ ਅਤੇ ਉਪਦੇਸ਼ ਬਖਸ਼ਣਾ ਹੈ। ਮੈਂ ਬੇਨਤੀ ਕਰਾਂ, ਸ਼ੁਰੂਆਤ ਦੇ ਵਿੱਚ ਆਪਾਂ ਰਲ ਮਿਲ ਕੇ ਬੇਨਤੀ ਕਰੀਏ, ਧੰਨ ਗੁਰੂ ਰਾਮਦਾਸ, ਨਿਮਰਤਾ ਦੇ ਪੁੰਜ। ਜਿਹੜੋ ਨਿਮਰਤਾ ਦੀ ਗੱਲ ਆਉਂਦੀ ਹੈ ਅਤੇ ਮੇਰੇ ਗੁਰੂ ਰਾਮਦਾਸ ਬਾਬਾ ਸ੍ਰੀ ਚੰਦ ਜੀ ਦੇ ਕੋਲ ਬੈਠ ਕੇ ਆਪਣੇ ਦਾੜੇ ਨੂੰ ਆਪਣੇ ਹੱਥਾਂ 'ਚ ਲੈ ਕੇ ਕਹਿੰਦੇ ਨੇ, ਬਾਬਾ ਜੀ ਇਹ ਦਾੜਾ ਵੀ ਸੰਤਾਂ ਮਹਾਂਪੁਰਸ਼ਾਂ ਦੀ ਚਰਨ ਧੂੜ ਲੈਣ ਵਾਸਤੇ ਇਤਨਾ ਵਧਾਇਆ ਹੈ। ਗੁਰੂ ਕੇ ਪਿਆਰਿਓ, ਜਦੋਂ ਸ਼ਰਧਾ ਦੀ ਗੱਲ ਵੇਖਦੇ ਹਾਂ ਤੇ ਮੇਰੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਵਿੱਚ ਇਤਨੀ ਸ਼ਰਧਾ ਹੈ, ਲਾਹੌਰ ਵਿੱਚ ਤੁਰੇ ਜਾ ਰਹੇ ਨੇ, ਇੱਕ ਸੋਹਣਾ ਕੱਪੜਾ ਦੇਖਿਆ, ਇਤਨੀ ਸ਼ਰਧਾ, ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਵਿਰਾਜਮਾਨ ਨੇ, ਮੇਰੇ ਗੁਰੂ ਰਾਮਦਾਸ ਸ਼ਰਧਾ ਦੇ ਨਾਲ ਚੋਲਾ ਬਣਾਉਂਦੇ ਆ, ਇਤਨੀ ਇਕਾਗਰਤਾ। ਜਦੋਂ ਮੇਰੇ ਗੁਰੂ ਰਾਮਦਾਸ ਗੁਰੂ ਅਮਰਦਾਸ ਜੀ ਦਾ ਧਿਆਨ ਧਰ ਕੇ ਇੱਕ ਅੰਬ ਵੀ ਇੱਕ ਫਲ ਮੁੱਖ ਨੂੰ ਲਾਉਂਦੇ ਆ ਤੇ ਰਸ ਜਿਹੜਾ ਅੰਦਰ ਦਾ ਗੁਰੂ ਅਮਰਦਾਸ ਜੀ ਮਹਾਰਾਜ ਮਾਣ ਰਹੇ, ਮੇਰੇ ਗੁਰੂ ਰਾਮਦਾਸ ਦੇ ਅੰਦਰ ਨਿਮਰਤਾ, ਮੇਰੇ ਗੁਰੂ ਰਾਮਦਾਸ ਦੇ ਅੰਦਰ ਸ਼ਰਧਾ, ਮੇਰੇ ਗੁਰੂ ਰਾਮਦਾਸ ਦੇ ਅੰਦਰ ਇਕਾਗਰਤਾ ਆ। ਅੱਜ ਗੁਰੂ ਰਾਮਦਾਸ ਮਹਾਰਾਜ ਦਾ ਧਿਆਨ ਧਰ ਕੇ ਆਪਾਂ ਸਾਰੇ ਰਲ ਮਿਲ ਕੇ ਬੇਨਤੀ ਕਰੀਏ, ਗਰੀਬ ਨਿਵਾਜ ਸ਼ਬਦ ਦੀ ਵਿਚਾਰ ਕਰਨ ਜਾ ਰਹੇ ਹਾਂ, ਸਾਡੇ ਅੰਦਰ ਨਿਮਰਤਾ ਦੇ, ਸਾਨੂੰ ਸ਼ਰਧਾ ਦੇ, ਸਾਨੂੰ ਇਕਾਗਰਤਾ ਦੇ। ਆਓ ਪਿਆਰਿਓ, ਰਲ ਮਿਲ ਕੇ ਸਤਨਾਮ ਦਾ ਆਵਾਜ਼ਾ ਦਿੰਦਿਆਂ ਹੋਇਆਂ ਗੁਰੂ ਰਾਮਦਾਸ ਮਹਾਰਾਜ ਤਿਨ੍ਹਾਂ ਦੇ ਚਰਨਾਂ ਦਾ ਧਰੀਏ ਧਿਆਨ, ਸਾਰੀ ਸੰਗਤ ਨਾਲ ਗੱਜ ਕੇ ਆਖਣਾ ਜੀ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਫਿਰ ਆਪਣਾ ਧਿਆਨ ਲਾਈਏ ਤੇ ਆਖੀਏ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਗੁਰੂ ਕੇ ਸਵਾਰਿਓ, ਧੰਨ ਗੁਰੂ ਰਾਮਦਾਸ ਕਿਰਪਾ ਕਰਨ, ਨਿਮਰਤਾ, ਸ਼ਰਧਾ, ਇਕਾਗਰਤਾ ਦੀ ਦਾਤ ਬਖਸ਼ਣ। ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਇਸ ਪਾਵਨ ਬਚਨ 'ਚ ਕਹਿੰਦੇ ਨੇ, ਰਹਾਉ ਦੀ ਪੰਕਤੀ 'ਚ ਫਰਮਾਨ ਕਰਦੇ ਨੇ, ਮਨ ਪਿਆਰਿਆ ਮਿੱਤਰਾ, ਮੈਂ ਹਰ ਹਰ ਨਾਮ ਧੰਨ ਰਾਸ, ਗੁਰਪੂਰੈ ਨਾਮ ਦਿੜਾਇਆ, ਹਰ ਧੀਰਕ ਹਰ ਸਾਬਾਸ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਉਹ ਮਿੱਤਰਾ, ਉਹ ਮਨਾ, ਅਤੇ ਆਪਣੇ ਮਨ ਨੂੰ ਮੁਖਾਤਬ ਹੋ ਕੇ ਅੱਜ ਨਿਮਰਤਾ ਦੇ ਪੁੰਜ, ਸ਼ਰਧਾ ਦੇ ਪੁੰਜ, ਇਕਾਗਰਤਾ ਦੇ ਪੁੰਜ, ਸੋਢੀ ਸੁਲਤਾਨ ਜੀ ਕਹਿੰਦੇ, ਉਹ ਪਿਆਰੇ ਮਿੱਤਰਾ ਮਨਾ, ਮੈਂ ਹਰ ਹਰ ਨਾਮ ਧੰਨ ਰਾਸ, ਮੈਨੂੰ
ਕੇਵਲ ਇਸ ਸੰਸਾਰ ਦੇ ਅੰਦਰ ਮੈਂ ਸਾਰੇ ਧਨ ਜਿਹੜੇ ਦੁਨੀਆਂ ਦੇ ਲੋਕ ਕਹਿੰਦੇ ਆ ਇਹ ਧਨ ਇਕੱਠੇ ਕਰਨ ਵਾਲੇ ਆ, ਉਹਨਾਂ ਵੱਲ ਵੇਖ ਕੇ ਮੈਨੂੰ ਕੇਵਲ ਜ਼ਹਿਰ ਹੀ ਦਿਸਦੀ ਹੈ। ਮੇਰੇ ਦਿਲ ਦੇ ਅੰਦਰ, ਮੇਰੇ ਧੁਰ ਅੰਦਰ ਇੱਕ ਆਸਾ ਉੱਠੀ ਹੈ, ਇਹੋ ਜਿਹਾ ਧਨ ਮੇਰੇ ਪੱਲੇ 'ਚ ਪੈ ਜਾਏ ਜਿਸ ਧਨ ਨੂੰ ਕੋਈ ਚੁਰਾ ਨਹੀਂ ਸਕਦਾ, ਜਿਸ ਧਨ ਨੂੰ ਕੋਈ ਅਗਨੀ ਦੇ ਵਿੱਚ ਜਲਾ ਨਹੀਂ ਸਕਦਾ, ਜਿਸ ਧਨ ਨੂੰ ਕੋਈ ਜਲ ਦੇ ਵਿੱਚ ਡੋਬ ਨਹੀਂ ਸਕਦਾ। ਮੈਨੂੰ ਇਹੋ ਜਿਹਾ ਧਨ ਚਾਹੀਦਾ ਆ ਪਿਆਰਿਓ। ਬਾਕੀ ਦੇ ਧਨ ਜਦੋਂ ਬੰਦਾ ਚਿਖਾ ਦੇ ਲੇਟਦਾ ਆ, ਉਹ ਸਾਰੇ ਦੁਨੀਆਂ ਦੇ ਧਨ ਜਿਹੜੇ ਸਵਾਹ ਹੋ ਜਾਂਦੇ ਆ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਨੂੰ ਅੱਜ ਇਹੋ ਜਿਹਾ ਧਨ ਚਾਹੀਦਾ ਆ। ਉਹ ਮਿੱਤਰਾ ਮਨਾ, ਤੂੰ ਮੇਰੇ ਨਾਲ ਰਲ ਕੇ ਅਰਦਾਸ ਕਰ, ਇਹੋ ਜਿਹੇ ਧਨ ਦੀ ਪ੍ਰਾਪਤੀ ਕਰੀਏ ਜਿਹੜਾ ਧਨ ਇਸ ਸਰੀਰ ਦੇ ਸਵਾਹ ਹੋਣ ਤੋਂ ਬਾਅਦ ਵੀ ਮੇਰੇ ਨਾਲ ਹੋਵੇ। ਮਨ ਪਿਆਰਿਆ ਮਿੱਤਰਾ, ਮੈਂ ਹਰ ਹਰ ਨਾਮ ਧਨ ਰਾਸ। ਅਤੇ ਅਗਲੇਰੀ ਪੰਕਤੀ 'ਚ ਮਹਾਰਾਜ ਕਹਿੰਦੇ ਨੇ ਗੁਰਪੂਰੈ ਨਾਮ ਦ੍ਰਿੜਾਇਆ ਹਰ ਧੀਰਕ ਹਰ ਸਾਬਾਸ। ਕਹਿੰਦੇ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਨੇ ਨਾਮ ਦਾ ਧਨ ਦੇ ਦਿੱਤਾ, ਜਿਨ੍ਹਾਂ ਦੇ ਇੱਕ ਇੱਕ ਸਾਹ ਅੰਦਰ ਇਹ ਕੀਮਤੀ ਨਾਮ ਨੂੰ ਵਿਸਾ ਦਿੱਤਾ ਨਾ, ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪਿਆਰਿਓ ਉਹ ਡੋਲਦੇ ਨਹੀਂ, ਉਹ ਡਿੱਗਦੇ ਨਹੀਂ, ਉਹ ਢਹਿੰਦੇ ਨਹੀਂ। ਉਹਨਾਂ ਦੀ ਜ਼ਿੰਦਗੀ ਵਿੱਚੋਂ ਝੋਰੇ ਖਤਮ ਹੋ ਜਾਂਦੇ ਆ, ਉਹਨਾਂ ਦੀ ਜ਼ਿੰਦਗੀ ਵਿੱਚੋਂ ਚਿੰਤਾ ਖਤਮ ਹੋ ਜਾਂਦੀ ਆ, ਉਹਨਾਂ ਦੀ ਜ਼ਿੰਦਗੀ ਵਿੱਚੋਂ ਸਟ੍ਰੈਸ, ਐਂਗਜ਼ਾਇਟੀ, ਡਿਪਰੈਸ਼ਨ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਆ। ਧੰਨ ਗੁਰੂ ਰਾਮਦਾਸ ਕਹਿੰਦੇ ਜੇ ਤੇਰੇ ਪੱਲੇ ਨਾਮ ਦਾ ਹੀਰਾ ਪੈ ਜਾਏਗਾ ਨਾ, ਜੇ ਤੇਰੇ ਕੋਲ ਨਾਮ ਦਾ ਧਨ ਹੋਵੇਗਾ, ਧੰਨ ਗੁਰੂ ਰਾਮਦਾਸ ਕਹਿੰਦੇ ਪੂਰਾ ਸਤਿਗੁਰੂ ਤੈਨੂੰ ਹੱਥ ਦੇ ਕੇ ਅੰਦਰੋਂ ਧੀਰਜ ਬਖਸ਼ਦਾ ਰਹੇਗਾ। ਅਤੇ ਇਹਦੇ ਅਰਥ ਕੀ ਨੇ ਪਿਆਰਿਓ, ਜਦੋਂ ਔਖਾ ਸਮਾਂ ਆਵੇ ਮੈਂ ਬੇਨਤੀ ਕਰਾਂ ਜਿਤਨਾ ਪੀੜਾ ਦਾ ਸਮਾਂ ਹੋਵੇ ਪੀੜਾ ਦੇ ਵਿੱਚ ਗੁਰੂ ਦੇ ਚਰਨ ਪਕੜੀਏ ਉਤਨੇ ਘੁੱਟ ਕੇ। ਮੈਂ ਫਿਰ ਇੱਕ ਵਾਰੀ ਇਹ ਬੇਨਤੀ ਕਰਾਂ, ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪਿਆਰਿਆ ਦੁਨੀਆਂ ਦੇ ਧਨ ਦੇ ਨਾਲ ਕਈ ਵਾਰੀ ਪੁਆੜੇ ਪੈ ਜਾਂਦੇ ਆ, ਦੁਨੀਆਂ ਦੇ ਧਨ ਦੇ ਨਾਲ ਕਈ ਵਾਰੀ ਜਿਹੜੇ ਆਪਣੇ ਵੀ ਆ ਉਹ ਵੀ ਪਰਾਏ ਹੋ ਜਾਂਦੇ ਆ। ਪਰ ਕਹਿੰਦੇ ਤੂੰ ਗੁਰੂ ਦੇ ਨਾਮ ਦਾ ਧਨ ਆਪਣੇ ਪੱਲੇ ਬੰਨ, ਜੇ ਤੇਰੇ ਕੋਲ ਨਾਮ ਦਾ ਧਨ ਹੈ ਸੱਚੀ ਗੱਲ ਗੁਰੂ ਤੇਰੇ ਅੰਗ ਸੰਗ ਰਹੇਗਾ। ਗੁਰੂ ਤੇਰੇ ਇੱਕ ਇੱਕ ਸਾਹ ਦੇ ਵਿੱਚ, ਗੁਰੂ ਤੇਰੇ ਇੱਕ ਇੱਕ ਰਗ ਦੇ ਵਿੱਚ, ਗੁਰੂ ਤੈਨੂੰ ਇੱਕ ਇੱਕ ਪਲ ਕਰਕੇ ਆਪਣੀ ਛਾਤੀ ਨਾਲ ਲਗਾਏਗਾ। ਹਰ ਧੀਰਕ ਤੈਨੂੰ ਧੀਰਜ ਦੇਣ ਵਾਲਾ ਕੋਈ ਦੁਨੀਆਂ ਦਾ ਮਨੁੱਖ ਨਹੀਂ ਚਾਹੀਦਾ ਫਿਰ ਪਿਆਰਿਓ। ਜਿਨ੍ਹਾਂ ਦੇ ਕੋਲ ਨਾਮ ਦਾ ਧਨ ਆ ਉਹ ਕਿਸੇ ਮਨੁੱਖ ਵੱਲ ਨਹੀਂ ਤੱਕਦੇ। ਸੱਚੀ ਗੱਲ ਹੈ ਜਦੋਂ ਵੀ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਦੁੱਖ ਆਉਂਦਾ ਆ, ਜਦੋਂ ਉਹਨਾਂ ਦੀ ਜ਼ਿੰਦਗੀ ਅੰਦਰ ਸੋਗ ਆਉਂਦਾ ਆ, ਜਦੋਂ ਉਹਨਾਂ ਦੀ ਜ਼ਿੰਦਗੀ ਅੰਦਰ ਦੁਨੀਆਂ ਦੀਆਂ ਚਿੰਤਾਵਾਂ ਆਉਂਦੀਆਂ ਆ, ਪਿਆਰੇ ਉਹ ਘੁੱਟ ਕੇ ਆਪਣੇ ਪ੍ਰੀਤਮ ਪਿਆਰੀ ਦੇ ਗਲਵਕੜੀ 'ਚ ਵੜ ਜਾਂਦੇ ਆ। ਜਿਵੇਂ ਇੱਕ ਬੱਚਾ ਜਦੋਂ ਦੁੱਖ ਲੱਗਦਾ ਆ ਅਤੇ ਆਪਣੇ ਪਿਤਾ ਦੀ ਗੋਦੀ 'ਚ ਆ ਕੇ ਬਹਿ ਜਾਂਦਾ ਆ, ਹਰ ਧੀਰਕ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜੇ ਤੇਰੇ ਪੱਲੇ ਨਾਮ ਦਾ ਧਨ ਹੋਵੇਗਾ ਤੈਨੂੰ ਧੀਰਜ ਗੁਰੂ ਪੂਰਾ ਆਪ ਦੇਵੇਗਾ, ਤੈਨੂੰ ਹੌਂਸਲਾ। ਆਪਾਂ ਥੋੜ੍ਹਾ ਇਸ ਨੂੰ ਪੇਂਡੂ ਸ਼ਬਦਾਵਲੀ ਵਿੱਚ ਕਹੀਏ, ਹੌਂਸਲਾ ਅੰਦਰ ਦਾ ਸਹਾਰਾ ਤੇਰਾ ਗੁਰੂ ਬਣ ਜਾਏਗਾ। ਬਸ ਤੂੰ ਇੱਕ ਕੰਮ ਕਰ, ਤੂੰ ਨਾਮ ਦਾ ਧਨ ਆਪਣੇ ਪੱਲੇ ਬਣ, ਹਰ ਧੀਰਕ ਹਰ ਸਾਬਾਸ। ਮੈਂ ਥੋੜ੍ਹਾ ਜਿਹਾ ਇਸ ਨੂੰ ਖੋਲ੍ਹਣ ਦਾ ਯਤਨ ਕਰਾਂਗਾ। ਸਾਬਾਸ, ਦੁਨੀਆਂ ਦੀ ਸ਼ਾਬਾਸ ਜਿਹੜੀ ਆ ਨਾ, ਕਈ ਵਾਰੀ ਅਸੀਂ ਕਹਿੰਦੇ ਹਾਂ ਅਤੇ ਥੋੜ੍ਹਾ ਮੈਨੂੰ ਖਿਮਾ ਕਰ ਦੇਣਾ,
ਜਿਨ੍ਹਾਂ ਨੇ ਇਸ ਬੰਦੇ ਦੇ ਮੋਢੇ ਉੱਤੇ ਬੰਦੂਕ ਚਲਾਉਣੀ ਹੁੰਦੀ ਆ ਨਾ, ਕਈ ਵਾਰੀ ਉਹ ਬੰਦੇ ਵੀ ਹੱਲਾ ਸ਼ੇਰੀਆਂ ਦਿੰਦੇ ਨੇ ਸੰਸਾਰ ਦੇ ਅੰਦਰ, ਝੂਠੀ ਸ਼ਾਬਾਸ਼ੀ ਦਿੰਦੇ ਆ, ਝੂਠੀ ਦਲੇਰੀ ਦੇ ਕੇ, ਝੂਠੀ ਸ਼ਾਬਾਸ਼ੀ ਦੇ ਕੇ ਇਸ ਬੰਦੇ ਦਾ ਅੰਤ, ਇਸ ਬੰਦੇ ਦਾ ਵਿਨਾਸ਼ ਕਰਨਾ ਚਾਹੁੰਦੇ ਆ। ਪਰ ਪਿਆਰਿਓ, ਜਦੋਂ ਗੁਰੂ ਆਪਣੇ ਘਰ ਵਿੱਚੋਂ ਸ਼ਾਬਾਸ਼ੇ ਬਖਸ਼ਦਾ ਨਾ, ਜਿਸ ਦੇ ਪਿੱਠ ਦੇ ਉੱਤੇ ਗੁਰੂ ਦਾ ਹੱਥ ਪੈ ਜਾਏ, ਜਿਸ ਦੇ ਸੀਸ ਉੱਤੇ ਗੁਰੂ ਪੂਰਾ ਸ਼ਾਬਾਸ਼ ਦਾ ਹੱਥ ਰੱਖਦਾ, ਸੱਚੀ ਗੱਲ ਹੈ ਧਰਮ ਰਾਜਾ ਵੀ ਉਸ ਨੂੰ ਖੜੇ ਹੋ ਕੇ ਆਦਰ ਦਿੰਦਾ। ਇਹ ਗੁਰੂ ਦੇ ਸ਼ਾਬਾਸ਼ ਤੇ ਦੁਨੀਆਂ ਦੀ ਸ਼ਾਬਾਸ਼ ਇਹਦੇ ਵਿੱਚ ਫਰਕ ਹੈ। ਜਿਹੜੀ ਦੁਨੀਆਂ ਦੀ ਸ਼ਾਬਾਸ਼ ਆ ਪਿਆਰਿਓ, ਉਹ ਦੁਨਿਆਵੀ ਲੋਕਾਂ ਤੱਕ ਸੀਮਿਤ ਆ। ਤੇ ਮੈਂ ਬੇਨਤੀ ਕਰਾਂ, ਜਦੋਂ ਕੋਈ ਜਿੱਤਦਾ ਆ ਨਾ ਦੁਨੀਆਂ ਦੇ ਵਿੱਚ, ਤੇ ਲੋਕੀ ਗਲਾਂ ਵਿੱਚ ਹਾਰ ਪਾਉਂਦੇ ਆ ਕੇ, ਇਹਦਾ ਮਤਲਬ ਇਹੀ ਹੁੰਦਾ ਆ ਵੀ ਅੱਜ ਤੂੰ ਜਿੱਤਿਆ ਆ, ਤੇਰੇ ਗਲ ਵਿੱਚ ਹਾਰ ਪਾਵਾਂਗੇ। ਪਰ ਪਿਆਰਿਓ, ਜਦੋਂ ਕੋਈ ਹਾਰਦਾ ਆ ਤੇ ਉਹਦੇ ਗਲ ਵਿੱਚ ਜਿੱਤ ਨਹੀਂ ਕੋਈ ਆ ਕੇ ਪਾਉਂਦਾ। ਬੜੀ ਸੋਚਣ ਵਾਲੀ ਗੱਲ ਹੈ, ਜਿੱਤਣ ਵਾਲੇ ਦੇ ਗਲ ਦੇ ਵਿੱਚ ਹਾਰ, ਪਰ ਹਰੇ ਹੋਏ ਬੰਦੇ ਦੇ ਕੋਲ ਆ ਕੇ ਕੋਈ ਧੀਰਜ ਨਹੀਂ ਦਿੰਦਾ। ਪਰ ਲੇਕਿਨ ਮੇਰਾ ਗੁਰੂ ਪੂਰਾ ਆ, ਡਿੱਗਦੇ ਢਹਿੰਦਿਆਂ ਨੂੰ ਵੀ ਮੇਰਾ ਗੁਰੂ ਨਾਨਕ ਆਪਣੇ ਸੀਨੇ ਦੀ ਨਿੱਘ ਦਿੰਦਾ। ਪਿਆਰਿਓ, ਹਰ ਸ਼ਾਬਾਸ਼ ਹਰੀ ਦੀ ਸ਼ਾਬਾਸ਼ ਕੈਸੀ ਹੈ, ਤੇ ਗੁਰੂ ਅੰਦਰੋਂ ਇਹੋ ਜਿਹਾ ਉਸ ਬੰਦੇ ਨੂੰ ਖੜਾ ਅਡੋਲ ਕਰ ਦਿੰਦਾ ਆ। ਮੈਂ ਥੋੜ੍ਹਾ ਜਿਹਾ ਸ਼ਾਬਾਸ਼ ਬਾਰੇ, ਦੁਨੀਆਂ ਦੀ ਸ਼ਾਬਾਸ਼ੇ ਬਾਰੇ ਤੇ ਗੁਰੂ ਦੀ ਸ਼ਾਬਾਸ਼ ਬਾਰੇ ਵੀ ਜ਼ਰੂਰ ਅੱਜ ਬੇਨਤੀ ਕਰਾਂਗਾ। ਪਿਆਰਿਓ, ਪਹਿਲੀ ਗੱਲ ਕਿ ਮਨੁੱਖ ਨੇ ਕਦੇ ਇਸ ਨਾਮ ਧੰਨ ਬਾਰੇ ਸੋਚਿਆ ਹੀ ਨਹੀਂ। ਭਾਈ ਨੰਦ ਲਾਲ ਜੀ ਕਹਿੰਦੇ, ਸਾਹਿਬੇ ਗੰਜਾ ਨਾਈ ਆ ਬੇਖਬਰ, ਕਹਿੰਦੇ ਉਹ ਬੇਖਬਰ ਮਨੁੱਖ, ਉਹ ਅਵੇਸੜੇ ਮਨੁੱਖ, ਕਹਿੰਦੇ ਉਹ ਸੁੱਤਾ ਪਿਆ ਮਨੁੱਖ, ਤੇਰੇ ਘਰ ਦੇ ਅੰਦਰ ਕਰੋੜਾਂ ਦਾ ਲੱਖਾਂ ਦਾ ਅਣਗਿਣਤ ਖਜ਼ਾਨਾ ਈ, ਪਰ ਅਫਸੋਸ ਦੀ ਗੱਲ ਤੂੰ ਕੋਲ ਸੁੱਤਾ ਪਿਆ, ਤੈਨੂੰ ਪਤਾ ਹੀ ਨਹੀਂ ਮੈਂ ਇੰਨੇ ਖਜ਼ਾਨੇ ਦਾ ਮਾਲਕ। ਕਹਿੰਦੇ ਸਾਹਿਬੇ ਗੰਜੇ ਨਾਈ ਆ ਬੇਖਬਰ, ਲੇਕ ਜ਼ਾਨ ਤੁਰਾ ਗੰਜ ਨਬ ਬਵੱਧ ਬੇਖਬਰ। ਕਹਿੰਦੇ ਪਰ ਤੂੰ ਕੋਲ ਲਿਟਿਆ ਹੋਇਆ ਸੁੱਤਾ ਪਿਆ ਆ। ਅਫਸੋਸ ਦੀ ਗੱਲ ਪਿਆਰਿਓ, ਜੇ ਬੰਦਾ ਕੋਲ ਸੁੱਤਾ ਪਿਆ ਹੀ ਹੋਵੇ, ਉਹਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਮੈਂ ਲੱਖਾਂ ਦਾ ਮਾਲਕ ਆ, ਮੈਂ ਕਰੋੜਾਂ ਦਾ ਮਾਲਕ ਆ, ਮੈਂ ਬੇਹਿਸਾਬ ਮਾਇਆ ਦਾ ਮਾਲਕ ਆ। ਇਸ ਮਨੁੱਖੀ ਜਾਮੇ ਦੇ ਅੰਦਰ ਬੰਦਾ ਆਪਣੇ ਆਪ ਨੂੰ ਪਸ਼ੂਆਂ ਵਾਂਗੂ ਸਮਝੀ ਜਾ ਰਿਹਾ ਆ। ਪਿਆਰਿਓ, ਤੂੰ ਪਸ਼ੂ ਨਹੀਂ, ਤੇਰੇ ਅੰਦਰ ਰੱਬ ਦੀ ਜੋਤ ਹੈ ਤੇ ਮਨੁੱਖਾ ਸਰੀਰ ਮਿਲਿਆ ਹੋਇਆ ਹੈ। ਤੇਰੀ ਜ਼ਿੰਦਗੀ ਕੇਵਲ ਚਿੰਤਾ ਕਰਨ ਵਾਸਤੇ ਨਹੀਂ, ਤੇਰੀ ਜ਼ਿੰਦਗੀ ਕੇਵਲ ਰੋਣ ਧੋਣ ਵਾਸਤੇ ਨਹੀਂ, ਤੇਰੀ ਜ਼ਿੰਦਗੀ ਮਿਲੀ ਸੀ ਤੇਰੇ ਚਿਹਰੇ ਉੱਤੇ ਰੱਬ ਦਾ ਨੂਰ ਚਮ ਕੇ, ਤੈਨੂੰ ਜ਼ਿੰਦਗੀ ਮਿਲੀ ਸੀ ਤੇਰੀਆਂ ਅੱਖਾਂ ਦੇ ਵਿੱਚ ਰੱਬ ਦਾ ਸਰੂਰ ਆਵੇ, ਤੈਨੂੰ ਜ਼ਿੰਦਗੀ ਮਿਲੀ ਸੀ ਤੇਰੀ ਰਸਨਾ ਜਿਹੜੀ ਆ ਅੰਮ੍ਰਿਤ ਨਾਲ ਭਰਪੂਰ ਹੋਵੇ। ਪਿਆਰਿਓ, ਜ਼ਿੰਦਗੀ ਇਹ ਨਹੀਂ ਜੋ ਅਸੀਂ ਸਮਝੀ ਬੈਠੇ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਉਹ ਮਨੁੱਖ ਤੂੰ ਕੀ ਆਪਣੇ ਆਪ ਨੂੰ ਸਮਝੀ ਬੈਠਾ ਹੈ, ਕੇਵਲ ਖਾਣ ਪੀਣ ਹੱਸਣ ਖੇਡਣ ਤੱਕ ਸੀਮਿਤ ਨਹੀਂ ਉਹ ਪਿਆਰਿਆ। ਭਾਈ ਸਾਹਿਬ, ਭਾਈ ਨੰਦ ਲਾਲ ਜੀ ਕਹਿੰਦੇ, ਤੇਰੇ ਅੰਦਰ ਇਤਨਾ ਵੱਡਾ ਖਜ਼ਾਨਾ ਹੈ ਜਿਸ ਖਜ਼ਾਨੇ ਬਾਰੇ ਕੋਈ ਅਨੁਮਾਨ ਕੋਈ ਗਿਣਤੀ ਲੱਗ ਹੀ ਨਹੀਂ ਸਕਦੀ। ਖੈਰ ਪਿਆਰਿਓ, ਮੈਂ ਫਿਰ ਬੇਨਤੀ ਕਰਾਂ, ਮਨੁੱਖ ਨੂੰ ਅੰਦਰ ਦੀ ਖਬਰ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਮਨੁੱਖ ਨੂੰ ਕਈ ਵਾਰ ਜਗਾਉਣ ਦੀ ਕੋਸ਼ਿਸ਼ ਕਰਦੇ ਆ। ਮਹਾਰਾਜ ਜੀ ਕਹਿੰਦੇ, ਕਾਚਾ ਧਨ ਸੰਚੈ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ,
ਮਹਾਰਾਜ ਕਹਿੰਦੇ ਉਹ ਬਾਹਰ ਦੇ ਧਨ ਨੂੰ ਇਕੱਠਿਆਂ ਕਰਨ ਵਾਲਿਆ, ਇਹ ਤਾਂ ਠੀਕ ਹੈ ਪਰ ਇੱਕ ਗੱਲ ਸੁਣ, ਇਹ ਕੱਚਾ ਧਨ ਹੈ, ਇਹ ਕੱਚਾ ਧਨ ਹੈ। ਕੱਚੇ ਦੇ ਅਰਥ ਨੇ ਕਿ ਇੱਕ ਦਿਨ ਟੁੱਟੇਗਾ, ਇੱਕ ਦਿਨ ਭੱਜੇਗਾ, ਇੱਕ ਦਿਨ ਇਹਨੇ ਸਵਾਹ ਹੋ ਜਾਣਾ ਹੈ। ਕਾਚਾ ਧਨ ਸੰਚੈ ਮੂਰਖ ਗਵਾਰ। ਮਹਾਰਾਜ ਕਹਿੰਦੇ ਤੂੰ ਆਪਣੀ ਮੂਰਖਤਾ ਹੀ ਕਰਕੇ ਤੇ ਪਿਆਰਿਓ ਗਵਾਰ। ਮਹਾਰਾਜ ਜੀ ਕਹਿੰਦੇ ਅੰਧ ਗਵਾਰ, ਜਿਹੜਾ ਹਨੇਰੇ ਦੇ ਵਿੱਚ ਤੁਰਿਆ ਫਿਰਦਾ ਆ, ਉਹਨੂੰ ਇਹ ਨਹੀਂ ਪਤਾ ਕਿ ਮੇਰੇ ਘਰ ਦੇ ਅੰਦਰ ਹੀਰੇ ਪਏ ਹੋਏ ਆ। ਮਨੁੱਖ ਤੇਰੇ ਅੰਦਰ ਰੱਬ ਜੀ ਨੇ, ਤੇਰੇ ਅੰਦਰ ਵਾਹਿਗੁਰੂ ਬੈਠਾ ਆ, ਤੇਰੇ ਅੰਦਰ ਪਰਮਾਤਮਾ ਬੈਠਾ ਆ, ਪਰ ਜਦੋਂ ਤੱਕ ਗੁਰੂ ਦੀ ਸੰਗਤ ਨਹੀਂ ਮਿਲਦੀ, ਜਦੋਂ ਤੱਕ ਗੁਰੂ ਦੇ ਸ਼ਬਦ ਦਾ ਅੰਦਰ ਦੀਵਾ ਨਹੀਂ ਜਗਦਾ, ਉਦੋਂ ਤੱਕ ਕਰੋੜਾਂ ਦਾ ਮਾਲਕ ਵੀ ਭਿਖਾਰੀਆਂ ਵਾਂਗੂ ਤੁਰਿਆ ਫਿਰਦਾ ਹੈ। ਘਰ ਹੁੰਦੇ ਰਤਨ ਪਦਾਰਥ ਭੁੱਖੇ, ਭਾਗਹੀਣ ਹਰ ਦੂਰੇ। ਮਹਾਰਾਜ ਜੀ ਕਹਿੰਦੇ ਤੇਰੇ ਘਰ ਦੇ ਅੰਦਰ ਹੀਰੇ ਪਏ ਨੇ, ਤੂੰ ਬਾਹਰ ਦੁਨੀਆਂ ਦੇ ਅੱਗੇ ਤਲੀ ਅੱਡ ਕੇ ਮੰਗਦਾ ਫਿਰਦਾ ਹੈ। ਸੁੱਖ ਸਹਿਜ ਸ਼ਾਂਤੀ ਰਹਿਸ ਆਨੰਦ ਖੇੜਾ, ਇਹ ਸਭ ਅੰਦਰ ਬੈਠਾ ਹੈ। ਅੱਜ ਤੱਕ ਅਸੀਂ ਜ਼ਿੰਦਗੀ ਨੂੰ ਇੱਕ ਰੋਗ ਸਮਝੀ ਬੈਠੇ ਹਾਂ, ਅੱਜ ਤੱਕ ਅਸੀਂ ਜ਼ਿੰਦਗੀ ਨੂੰ ਇੱਕ ਦੁੱਖ ਸਮਝੀ ਬੈਠੇ ਹਾਂ, ਅੱਜ ਤੱਕ ਅਸੀਂ ਜ਼ਿੰਦਗੀ ਨੂੰ ਕੇਵਲ ਇੱਕ ਇੱਕ ਸਾਹ ਤੇ ਦੁੱਖਾਂ ਦੇ ਨਾਲ ਇੱਕ ਪੀੜਾ ਸਮਝੀ ਬੈਠੇ ਹਾਂ। ਪਰ ਮੇਰੇ ਧੰਨ ਗੁਰੂ ਰਾਮਦਾਸ ਕਹਿੰਦੇ ਨਹੀਂ ਪਿਆਰਿਆ, ਇਹ ਜ਼ਿੰਦਗੀ ਪੀੜਾ ਨਹੀਂ, ਇਹ ਦੁੱਖ ਨਹੀਂ, ਇਹ ਕੇਵਲ ਚਿੰਤਾ ਦੇ ਝੋਰੇ ਨਹੀਂ, ਇੱਕ ਇਹੋ ਜਿਹੀ ਜ਼ਿੰਦਗੀ ਹੈ ਜਿਹਦੇ ਵਿੱਚ ਰਹੱਸ ਵੀ ਆ, ਇੱਕ ਇਹੋ ਜਿਹੀ ਜ਼ਿੰਦਗੀ ਆ ਜਿਹੜੀ ਆਨੰਦਮਈ ਆ, ਇੱਕ ਇਹੋ ਜਿਹੀ ਜ਼ਿੰਦਗੀ ਆ ਜਿਸ ਥਾਂ ਤੇ ਪਹੁੰਚ ਕੇ ਪਿਆਰਿਆ, ਜੇ ਤੇਰੇ ਪੱਲੇ ਨਾਮ ਦਾ ਧਨ ਹੈ, ਸੱਚੀ ਗੱਲ ਤੇਰੀ ਜ਼ਿੰਦਗੀ ਜਿਹੜੀ ਆ ਇੱਕ ਪੂਰਨ ਜਿਹੜਾ ਆ ਸੱਚਖੰਡ ਦਾ ਨਜ਼ਾਰਾ ਹੋ ਸਕਦਾ ਆ। ਮੈਂ ਬੇਨਤੀ ਕਰਾਂ ਪਿਆਰਿਓ, ਕਾਚਾ ਧਨ ਸੰਚੈ ਮੂਰਖ ਗਾਵਾਰ, ਮਨਮੁਖ ਭੁੱਲੇ ਅੰਧ ਗਾਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ। ਮਹਾਰਾਜ ਕਹਿੰਦੇ ਪਿਆਰਿਆ ਦੁੱਖ ਦਾ ਕਾਰਨ ਕੀ ਹੈ? ਦੁੱਖ ਦਾ ਕਾਰਨ ਇਹ ਹੈ ਕਿ ਤੂੰ ਕੇਵਲ ਜ਼ਹਿਰ ਨੂੰ ਹੀ ਅੰਮ੍ਰਿਤ ਸਮਝੀ ਬੈਠਾ, ਤੂੰ ਇਹੀ ਸਮਝੀ ਬੈਠਾ ਆ ਜਿਹੜੀ ਚੀਜ਼ ਮੈਂ ਇਕੱਠੀ ਕਰ ਰਿਹਾ ਬਸ ਇਹੀ ਹੈ, ਹੋਰ ਕੁਝ ਨਹੀਂ ਸੰਸਾਰ ਅੰਦਰ। ਮਹਾਰਾਜ ਕਹਿੰਦੇ ਤੇਰੇ ਸਾਰੇ ਦੁੱਖਾਂ ਦਾ ਜੜ ਇਹੀ ਹੈ। ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਮਹਾਰਾਜ ਕਹਿੰਦੇ ਇਹਨੇ ਤੇਰੇ ਨਾਲ ਵੀ ਨਹੀਂ ਜਾਣਾ, ਅਤੇ ਜੇ ਤੂੰ ਚਾਹੁੰਦਾ ਹੈ ਕਿ ਮੈਨੂੰ ਮਿਲ ਜਾਏ ਨਾ, ਸੱਚੀ ਗੱਲ ਸਾਰੀ ਉਮਰ ਭੱਜਦਿਆਂ ਭੱਜਦਿਆਂ ਲੰਘ ਜਾਏਗੀ ਪਰ ਤੇਰੇ ਹੱਥ ਵਿੱਚ ਨਹੀਂ ਆਏਗੀ। ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਸਾਨੂੰ ਕਹਿ ਰਹੇ ਨੇ ਪਿਆਰਿਆ ਭੱਜ ਦੌੜ ਜਿਹੜੀ ਸੰਸਾਰ ਵੱਲ ਨੂੰ ਰਾ ਰਿਹਾ ਨਾ, ਇੱਕ ਨਿਮਕ ਪਲ ਉਤਨਾ ਤੂੰ ਰੱਬ ਵੱਲ ਨੂੰ ਭੱਜ। ਸੱਚੀ ਗੱਲ ਹੈ ਇੱਕ ਕਦਮ ਚੁੱਕਣ ਦੀ ਲੋੜ ਹੈ, ਮੇਰਾ ਗੁਰੂ ਪੂਰਾ ਸੱਚਖੰਡ ਦੇ ਦਰਵਾਜ਼ੇ ਖੋਲ੍ਹ ਦਿੰਦਾ ਹੈ। ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਜਾ, ਸੰਸਾਰ ਵੱਲ ਭੱਜ ਹੱਥ ਵਿੱਚ ਕੁਝ ਨਹੀਂ ਆਉਂਦਾ, ਗੁਰੂ ਵੱਲ ਇੱਕ ਕਦਮ ਚੁੱਕ ਗੁਰੂ ਸਾਰਾ ਕੁਛ ਉਸ ਸਿੱਖ ਨੂੰ ਬਖਸ਼ਿਸ਼ ਕਰ ਦਿੰਦੇ ਆ। ਖੈਰ ਪਿਆਰਿਓ ਮੈਂ ਫਿਰ ਬੇਨਤੀ ਕਰਾਂ, ਧੰਨ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਧਨ ਰਾਸ, ਗੁਰਪੂਰੇ ਨਾਮ ਦ੍ਰਿੜਾਇਆ ਹਰ ਧੀਰਕ ਹਰ ਸਾਵਾਸ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤੂੰ ਇਹੋ ਜਿਹਾ ਧਨ ਪਾ ਜਿਹੜਾ ਧਨ ਕੋਈ ਚੁਰਾ ਨਹੀਂ ਸਕਦਾ। ਜਦੋਂ ਅਸੀਂ ਸੰਸਾਰ ਵਿੱਚ ਵੇਖਦੇ ਹਾਂ ਪਿਆਰਿਓ ਕੇਵਲ ਪਰਮਾਤਮਾ ਦਾ ਨਾਮ ਹੈ, ਏਕੋ ਨਿਹਚਲ ਨਾਮ ਧਨ, ਹੋਰ ਧਨ ਆਵੇ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਾਚਾ ਧਨ ਗੁਰਮਤੀ ਪਾਏ,
ਕਹਿੰਦੇ ਕਾਚਾ ਧਨ ਫੁਨ ਆਵੇ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਤਿਨ੍ਹਾਂ ਦਾ ਹੁਕਮਨਾਮਾ ਅਸੀਂ ਕਈ ਵਾਰੀ ਸਰਵਣ ਕੀਤਾ ਹੈ, ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ, ਪਰਮਾਤਮਾ ਦਾ ਨਾਮ ਦਾ ਧਨ ਇਹੋ ਜਿਹਾ ਨਾ, ਉਹ ਪਿਆਰਿਆ ਤੇਰੀ ਜਿੰਦ ਦਾ ਸਹਾਰਾ। ਕੱਲ ਵੀ ਅਸੀਂ ਇਹ ਵਿਚਾਰਿਆ ਸੀਗਾ ਕਿ ਤੇਰੀ ਜਿੰਦ ਦਾ ਸਹਾਰਾ ਕੀ ਹੈ, ਤੇ ਪ੍ਰਮਾਣ ਦਿੱਤਾ ਸੀ ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਐਸਾ ਸਹਾਇਤਾ ਦੇਣ ਵਾਲਾ, ਤੇਰੇ ਨਾਲ ਖੜਨ ਵਾਲਾ, ਮੈਂ ਬੇਨਤੀ ਕਰਾਂ ਪਿਆਰਿਓ, ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੇ ਪੱਲੇ ਤੂੰ ਵਸੇ ਤੇ ਨਰ ਗੁਣੀ ਗਈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ, ਕਹਿੰਦੇ ਜਿਨ੍ਹਾਂ ਕੋਲ ਪੈਸਾ ਆ ਨਾ, ਜਿਨ੍ਹਾਂ ਕੋਲ ਦੁਨੀਆਂ ਦਾ ਧਨ ਆ, ਸੱਚੀ ਗੱਲ ਮੰਗਤਿਆਂ ਵਾਂਗੂ ਫਿਰਦੇ ਨੇ। ਮੰਗਤੇ ਕਿਉਂ ਨੇ, ਭਾਵੇਂ ਤਲੀ ਨਹੀਂ ਅੜਦੇ ਕਿਸੇ ਦੇ ਅੱਗੇ, ਪਰ ਅੰਦਰੋਂ ਮੰਗੀ ਜਾ ਰਹੇ ਨੇ, ਮੈਨੂੰ ਹੋਰ ਮਿਲੇ, ਮੈਨੂੰ ਹੋਰ ਮਿਲੇ, ਮੈਨੂੰ ਹੋਰ ਮਿਲੇ, ਮੈਨੂੰ ਹੋਰ ਮਿਲੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ, ਭਾਵੇਂ ਤੈਨੂੰ ਮੰਗਤੇ ਨਹੀਂ ਲੱਗਦੇ ਬਾਹਰੋਂ, ਪਰ ਅੰਦਰੋਂ ਮੰਗੀ ਜਾ ਰਹੇ ਨੇ, ਇੱਕ ਹੋਰ, ਇੱਕ ਹੋਰ, ਹੋਰ ਡਾਲਰ, ਹੋਰ ਪਾਉਂਡ, ਹੋਰ ਰੁਪਈਏ, ਹੋਰ ਘਰ, ਹੋਰ ਕਾਰਾਂ, ਹੋਰ ਮਹਿਲ, ਹੋਰ ਮਾੜੀਆਂ। ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ, ਰੱਬਾ ਜਿਨ੍ਹਾਂ ਦੇ ਪੱਲੇ ਤੂੰ ਹੈ ਨਾ, ਤੇ ਨਾਲ ਗੁਣੀ ਗਹੀਰ, ਉਹਨਾਂ ਦੇ ਅੰਦਰ ਖਜ਼ਾਨਾ ਪ੍ਰਗਟ ਹੋ ਜਾਂਦਾ ਆ। ਸੱਚੀ ਗੱਲ ਪਿਆਰਿਓ, ਜਿਹੜਾ ਰੱਬ ਦਾ ਪਿਆਰਾ ਹੈ ਨਾ, ਉਹਦੇ ਅੰਦਰ ਇਤਨਾ ਖਜ਼ਾਨਾ ਹੁੰਦਾ ਹੈ, ਦੁਨੀਆਂ ਦੀ ਦੌਲਤ ਵੱਲ ਦੇਖ ਕੇ ਉਹਦਾ ਚਿੱਤ ਭਰਮਦਾ ਨਹੀਂ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦਾ ਆਗਮਨ ਪੁਰਬ ਆ ਰਿਹਾ ਪਿਆਰਿਓ। ਜਦੋਂ ਸਿੱਧਾਂ ਦੇ ਕੋਲ ਗਏ ਤੇ ਉਸ ਵੇਲੇ ਗੋਰਖਨਾਥ ਨੇ ਪਰਖਣ ਵਾਸਤੇ ਇਹੀ ਗੱਲ ਕੀਤੀ ਸੀ ਨਾ, ਸੋਚਦੇ ਸੀ ਕਿ ਇਹ ਦੁਨਿਆਵੀ, ਇਹ ਬਾਲਕ, ਇਹ ਕੁਝ ਸਾਲਾਂ ਦਾ ਨੌਜਵਾਨ, ਇਹਨੂੰ ਮਾਇਆ ਨਾਲ ਭਰਮਾਇਆ ਜਾਵੇ। ਗੋਰਖਨਾਥ ਜੀ ਨੇ ਆਖਿਆ ਉਸ ਵੇਲੇ ਸਤਿਗੁਰੂ ਨਾਨਕ ਸਾਹਿਬ ਨੂੰ ਕਿ ਬਾਲਕਿਆ, ਬੱਚੜਿਆ, ਇੱਕ ਕੰਮ ਕਰ, ਸਾਗਰ ਵਿੱਚੋਂ ਜਾ ਕੇ, ਸਰੋਵਰ ਵਿੱਚੋਂ ਜਾ ਕੇ ਜਲ ਲੈ ਕੇ ਆ। ਮਹਾਰਾਜ ਜੀ ਉਸ ਸਥਾਨ ਤੇ ਗਏ। ਗੋਰਖ ਨੇ ਕੀ ਕੀਤਾ, ਆਪਣੀ ਸ਼ਕਤੀ ਦੇ ਨਾਲ ਸਾਰੇ ਹੀਰਿਆਂ ਨਾਲ ਲੱਥ ਪੱਥ ਬਣਾ ਦਿੱਤਾ। ਇਹੀ ਸੋਚਿਆ ਸੀ ਨਾ ਬਈ ਗੁਰੂ ਨਾਨਕ ਸਾਹਿਬ ਮਹਾਰਾਜ ਕੱਚੇ ਧਨ ਦੇ ਵਪਾਰੀ ਆ, ਪਰ ਗੋਰਖ ਨੂੰ ਇਹ ਨਹੀਂ ਸੀ ਪਤਾ ਜਿਹੜਾ ਧਨ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਗਟ ਕਰਨਾ ਹੈ ਉਹ ਰਹਿੰਦੀ ਦੁਨੀਆਂ ਤੱਕ ਚੱਲਦਾ ਰਹੇਗਾ। ਗੁਰੂ ਨਾਨਕ ਸਾਹਿਬ ਮਹਾਰਾਜ ਆਏ, ਕਹਿੰਦੇ ਪਾਣੀ ਠੌਰ ਨਹੀਂ ਉਸ ਤਾਲਾ, ਇਹੀ ਗੱਲ ਆਖੀ ਸੀ ਨਾ। ਕਹਿੰਦੇ ਗੋਰਖ ਜੀ ਉੱਥੇ ਤਾਂ ਪਾਣੀ ਹੈ ਨਹੀਂ। ਗੋਰਖ ਦੇ ਪੈਰਾਂ ਹੇਠੋਂ ਜ਼ਮੀਨ ਚਲੇ ਗਏ। ਗੋਰਖਨਾਥ ਕਹਿੰਦੇ, ਹੈਂ, ਸਾਰੀ ਸ਼ਕਤੀ ਲਾ ਕੇ ਹੀਰਿਆਂ ਨਾਲ ਭਰਪੂਰ ਸਰੋਵਰ ਕੀਤਾ, ਇਹ ਦੇਖ ਕੇ ਡੋਲਿਆ ਨਹੀਂ, ਇਹ ਦੇਖ ਕੇ ਘਬਰਾਇਆ ਨਹੀਂ, ਮੇਰੇ ਚਰਨਾਂ ਤੇ ਨਹੀਂ ਢੱਠਾ। ਸੱਚੀ ਗੱਲ ਹੈ ਗੁਰੂ ਕੇ ਪਿਆਰਿਓ, ਜਿਸ ਦੇ ਅੰਦਰ ਰੱਬ ਦੇ ਨਾਮ ਦਾ ਧੰਨ ਆ, ਉਸ ਧੰਨ ਦੇ ਅੱਗੇ ਦੁਨੀਆਂ ਦੇ ਖਜ਼ਾਨੇ, ਦੁਨੀਆਂ ਦੇ ਮਹਿਲ ਮਾੜੀਆਂ, ਦੁਨੀਆਂ ਦੀਆਂ ਦੌਲਤਾਂ ਫਿੱਕੀਆਂ ਪੈ ਜਾਂਦੀਆਂ। ਜਿਨ ਕੇ ਪੱਲੇ ਤੂੰ ਵਸੈ ਤੇ ਨਰ ਗੁਣੀ ਗਹੀਰ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ, ਕਹਿੰਦੇ ਪਿਆਰਿਆ, ਉਹਦੇ ਸਰੀਰ ਦੇ ਕੱਪੜਿਆਂ ਵੱਲ ਨਾ ਦੇਖੀ, ਜਿਸ ਦੇ ਅੰਦਰ ਨਾਮ ਦਾ ਧਨ ਵਸਿਆ ਹੋਇਆ ਹੈ ਨਾ, ਭਾਵੇਂ ਉਹਦੇ ਸਰੀਰ ਦੇ ਕੱਪੜੇ ਪਾਟੇ ਵੀ ਹੋਣਗੇ, ਭਾਵੇਂ ਲੀਰਾਂ ਦੇ ਵਿੱਚ ਖੜਿਆ ਹੋਵੇ, ਤੇ ਭਾਵੇਂ ਪਿਆਰਿਓ ਉਹਦੇ ਸਰੀਰ ਦੇ ਕੱਪੜੇ ਮੈਲੇ ਹੋਣ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਉਹਦੇ ਸਰੀਰ ਨੂੰ ਰੱਬ ਨੇ ਆਪਣੀ ਬੰਦਗੀ ਦੇ ਖਜ਼ਾਨੇ ਨਾਲ ਕੱਜਿਆ ਹੁੰਦਾ ਹੈ। ਕਹਿੰਦੇ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ,
ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਜਿਸ ਬੰਦੇ ਦੇ ਕੋਲ ਨਾਮ ਦਾ ਧੰਨ ਆ ਉਹਦੀਆਂ ਪਾਠੀਆਂ ਹੋਈਆਂ ਬਾਹਰਲੀਆਂ ਲੀੜਾਂ ਵੱਲ ਨਾ ਦੇਖੋ। ਭਾਈ ਨੰਦ ਲਾਲ ਜੀ ਕਹਿੰਦੇ ਉਹਦੇ ਜਿਹੜੇ ਪਾਟੇ ਹੋਏ ਲੀੜੇ ਆ ਨਾ ਉਹ ਸ਼ਾਹੀ ਸਿਲਕ ਦੇ ਬਣੇ ਹੋਏ ਠਾਠ ਬਾਠ ਨਾਲੋਂ ਵੀ ਜ਼ਿਆਦਾ ਸੋਹਣੇ। ਸਿਲਕ ਦੇ ਵਿੱਚ ਬੰਦਾ ਬੈਠਾ ਹੋਇਆ ਪੁੱਜੀ ਜਾ ਰਿਹਾ, ਸਿਲਕ ਦਾ ਫਾਇਦਾ ਕੀ ਹੋਇਆ? ਬਾਹਰ ਇਤਨੇ ਸੁੰਦਰ ਕੱਪੜੇ ਪਾਏ ਆ ਤੇ ਬੰਦਾ ਦਿਨ ਤੋਂ ਲੈ ਕੇ ਰਾਤ ਤੱਕ ਪੁੱਜੀ ਜਾ ਰਿਹਾ। ਉਹ ਬੰਦਿਆ, ਬਾਹਰਲੇ ਸੁੰਦਰ ਕੱਪੜੇ ਪਹਿਣ ਨਾਲੋਂ ਅੰਦਰ ਰੱਬ ਦੇ ਨਾਮ ਦੇ ਧੰਨ ਦਾ ਹੀਰਾ ਇਕੱਠਾ ਕਰ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਉਹ ਪਾਟੀਆਂ ਹੋਈਆਂ ਲੀਰਾਂ ਜਿਹੜੀਆਂ ਰੱਬ ਦੇ ਪਿਆਰ ਵਿੱਚ ਪਹਿਨੀਆਂ ਹੋਈਆਂ ਆ ਨਾ, ਸੱਚੀ ਗੱਲ ਹੈ ਉਹਨਾਂ ਦੀ ਕੀਮਤ ਵੀ ਦੁਨੀਆਂ ਦਾ ਕੋਈ ਰਾਜਾ ਨਹੀਂ ਪਾ ਸਕਦਾ। ਭਾਈ ਨੰਦ ਲਾਲ ਜੀ ਕਹਿੰਦੇ ਜਿਹਦੇ ਕੋਲ ਅੰਦਰ ਦਾ ਨਾਮ ਦਾ ਧੰਨ ਆ ਨਾ ਉਹਦੇ ਚਰਨਾਂ ਅੱਗੇ ਜਿਹੜੀ ਦੁਨੀਆਂ ਦੀਆਂ ਦੌਲਤਾਂ ਉਹ ਕੱਖ ਲੱਗਦੀਆਂ ਨੇ। ਦੌਲਤ ਅਜ਼ਮਾ ਤਾਂ ਮਾਹੀ ਤੁਰਾਸ, ਕਹਿੰਦੇ ਦਲ ਲਿਬਾਸੇ ਬੰਦਗੀ ਸ਼ਾਹੀ ਤੁਰਾਸ, ਦੌਲਤ ਅਜ਼ਮਾ ਤਾਂ ਮਾਹੀ ਤੁਰਾਸ, ਕਹਿੰਦੇ ਦੁਨੀਆਂ ਦੀਆਂ ਦੌਲਤਾਂ ਉਹਨਾਂ ਨੂੰ ਕੱਖ ਨਹੀਂ ਲੱਗਦੀਆਂ, ਹੋਛੀਆਂ ਲੱਗਦੀਆਂ। ਖੈਰ ਪਿਆਰਿਓ ਮੈਂ ਫਿਰ ਆਵਾਂ, ਜਿਨ੍ਹਾਂ ਨੇ ਨਾਮ ਦਾ ਧਨ ਪ੍ਰਾਪਤ ਕੀਤਾ ਉਹ ਕਹਿੰਦੇ ਮਾਈ ਮੈਂ ਧਨ ਪਾਇਓ ਹਰ ਨਾਮ, ਕਹਿੰਦੇ ਹੇ ਮਾਤਾ ਹੇ ਦੁਨੀਆਂ ਦੇ ਲੋਕੋ ਮੈਨੂੰ ਨਾਮ ਦਾ ਧਨ ਮਿਲ ਗਿਆ। ਮੈਂ ਬੇਨਤੀ ਕਰਾਂ ਪਿਆਰਿਓ ਦੁਨੀਆਂ ਦੇ ਧਨ ਕਰਕੇ ਚਿੰਤਾਵਾਂ ਵੱਧਦੀਆਂ ਨੇ, ਨਾਮ ਦੇ ਧਨ ਦੇ ਨਾਲ ਮਨ ਜਿਹੜਾ ਚਿੰਤਾ ਨਾ ਭਰਿਆ ਇੱਕਦਮ ਠੰਡਾ ਠਾਰ ਹੋ ਜਾਂਦਾ ਹੈ। ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ ਘਰ ਬੈਠੋ ਬਿਸਰਾਮ, ਕਹਿੰਦੇ ਜਿਹੜਾ ਮਨ ਕਦੇ ਵੀ ਸੁੱਖ ਨਹੀਂ ਸੀ ਲੈਂਦਾ, ਜਿਹੜਾ ਮਨ ਕਦੇ ਅੱਜ ਤੱਕ ਟਿਕਿਆ ਨਹੀਂ, ਜਦੋਂ ਪਰਮਾਤਮਾ ਦੇ ਨਾਮ ਦੇ ਧਨ ਨੂੰ ਪੱਲੇ ਪਾ ਲਿਆ ਉਹ ਮਨੁਆ ਵੀ ਟਿਕ ਗਿਆ। ਪਿਆਰਿਓ ਨਾਮ ਧੰਨ ਦੀ ਰਹਿਮਤਾਂ ਦੇਖੋ, ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਪਿਆ ਨਿਦਾਨਾ, ਰਤਨ ਲਾਲ ਜਾ ਕਾ ਕੁਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਿਲਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਪਿਆਰਿਓ ਇਹੋ ਜਿਹਾ ਖਜ਼ਾਨਾ ਜਿਸ ਖਜ਼ਾਨੇ ਦੇ ਨਾਲ ਅੰਦਰ ਦੀਆਂ ਚਿੰਤਾਵਾਂ ਮੁੱਕ ਜਾਂਦੀਆਂ ਨੇ, ਜਿਹੜਾ ਖਜ਼ਾਨਾ ਕਦੇ ਮੁੱਕ ਹੀ ਨਹੀਂ ਸਕਦਾ। ਸੱਚੀ ਗੱਲ ਪਿਆਰਿਓ ਜਿਸ ਖਜ਼ਾਨੇ ਨੂੰ ਪਾਉਣ ਕਰਕੇ ਇਹ ਮਨ ਵੀ ਜਿਹੜਾ ਸੁੱਖ ਨਾਲ ਬੈਠ ਜਾਂਦਾ, ਇਹੋ ਜਿਹਾ ਧੰਨ ਹੈ ਧੰਨ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਧੰਨ ਰਾਸ, ਰਹਿਣ ਵਾਲਾ ਧੰਨ ਕੇਵਲ ਪਰਮਾਤਮਾ ਦਾ ਨਾਮ ਮੈਨੂੰ ਚਾਹੀਦਾ। ਖੈਰ ਪਿਆਰਿਓ ਗੁਰਪੂਰੈ ਨਾਮ ਦਿਰੜਾਇਆ ਹਰ ਧੀਰਕ ਹਰ ਸਾਵਾਸ, ਧੀਰਕ ਬਾਰੇ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਹਾਂ, ਜਿਸ ਦੇ ਕੋਲ ਨਾਮ ਦਾ ਧਨ ਹੈ ਉਹਨੂੰ ਅੰਦਰੋਂ ਗੁਰੂ ਪੂਰਾ ਧੀਰਜ ਬਖਸ਼ ਦਿੰਦਾ ਆ। ਇਹੋ ਜਿਹਾ ਧੀਰਜ ਬਖਸ਼ ਦਿੰਦਾ ਪਿਆਰਿਓ ਕਿ ਬਾਬਾ ਬੰਦਾ ਸਿੰਘ ਆਪਣੀਆਂ ਅੱਖਾਂ ਨਾਲ ਆਪਣੇ ਪੁੱਤਰ ਦਾ ਕਲੇਜਾ ਕੱਢਦੇ ਹੋਇਆਂ ਵੇਖ ਸਕਦੇ ਆ ਪਰ ਮੁੱਖ ਨਹੀਂ ਮੋੜਿਆ ਕਲਗੀਧਰ ਦਾ, ਇਹ ਹੈ ਅੰਦਰ ਦਾ ਧੀਰਜ। ਭਾਈ ਭਿਖਾਰੀ ਭਾਈ ਗੁਰਮੁਖ ਉਹਨਾਂ ਦਾ ਇਤਿਹਾਸ, ਕਿਤਨੇ ਗੁਰਸਿੱਖਾਂ ਦਾ ਇਤਿਹਾਸ ਪਿਆਰਿਓ, ਉਹਨਾਂ ਨੂੰ ਪਤਾ ਹੈ ਕਿ ਕੱਲ੍ਹ ਮੇਰੇ ਨੌਜਵਾਨ ਬੇਟੇ ਨੇ ਚੜ੍ਹਾਈ ਕਰ ਜਾਣਾ ਪਰ ਬੈਠੇ ਰੱਬ ਦੀ ਯਾਦ ਦੇ ਵਿੱਚ, ਇਹੋ ਜਿਹੀ ਅੰਦਰ ਦੀ ਧੀਰਜ ਬਖਸ਼ਦੇ ਆ। ਅਤੇ ਮੈਂ ਬੇਨਤੀ ਕਰਾਂ ਸੱਚੀ ਮੁੱਚੀ ਨਾ ਆ ਪੋਹਦੇ ਦਿਨ ਆਉਣ ਵਾਲੇ ਆ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੋਂ ਬਾਅਦ, ਅਤੇ ਇੱਕ ਕੰਮ ਕਰਨਾ ਸਾਧ ਸੰਗਤ ਜੀ ਜਿਨ੍ਹਾਂ ਦੇ ਕੋਲ ਸਮਾਂ ਹੋਵੇ ਨਾ ਮੈਂ ਬੇਨਤੀ ਕਰਾਂ ਇੱਕ ਪੁਸਤਕ ਜ਼ਰੂਰ ਪੜ੍ਹਿਓ, ਮਾਈ ਸਭਰਾਈ ਦੀਆਂ ਸੱਤ ਔਖੀਆਂ ਰਾਤਾਂ ਭਾਈ ਵੀਰ ਸਿੰਘ।
ਕਿਵੇਂ ਗੁਰੂ ਆਪਣੇ ਸਿੱਖ ਨੂੰ ਧੀਰਜ ਦਿੰਦਾ। ਮਾਈ ਸਵਰਾਈ ਮਾਤਾ ਜੀਤੋ ਜੀ ਦੇ ਮਾਤਾ ਜੀ ਬਾਰੇ ਉਹਨਾਂ ਨੇ ਪੁਸਤਕ ਲਿਖੀ ਆ, ਕੇਵਲ 10-15 ਕੁ ਪੇਜਾਂ ਦੀ ਹੈ ਜੀ। ਜੇ ਤੁਸੀਂ ਪੜ੍ਹ ਸਕਦੇ ਹੋ ਤਾਂ ਪੜ੍ਹ ਲਿਓ, ਨਹੀਂ ਤਾਂ ਸੁਣ ਵੀ ਸਕਦੇ ਹੋ। ਮੈਂ ਬੇਨਤੀ ਕਰਾਂ ਪਿਆਰਿਓ, ਉਸ ਦੇ ਵਿੱਚ ਇੱਕ ਇੱਕ ਰਾਤ ਜਿਹੜੀ ਆਉਂਦੀ ਆ, ਪਹਿਲੀ ਰਾਤ ਗੁਰੂ ਕੇ ਪਿਆਰਿਓ, ਦੂਸਰੀ ਰਾਤ ਮਾਈ ਦੀ ਜੀਵਨ ਦੇ ਵਿੱਚ ਕਿਹੋ ਜਿਹੀਆਂ ਆਉਂਦੀਆਂ ਨੇ। ਇੱਕ ਰਾਤ ਆਉਂਦੀ ਹੈ ਅਤੇ ਮਾਈ ਨੂੰ ਪਤਾ ਲੱਗਦਾ ਕਿ ਮੇਰੀ ਜੀਤੋ ਜਿਹੜੀ ਆ ਸੰਸਾਰ ਤੋਂ ਚਲੇ ਗਈ। ਮਾਂ ਨੂੰ ਪਤਾ ਲੱਗਦਾ ਮੇਰੀ ਧੀ ਚਲੇ ਗਈ। ਅਤੇ ਪਿਆਰਿਓ, ਉਸ ਦਿਨ ਨਾ ਮਾਂ ਨੂੰ ਅੰਦਰੋਂ ਬੜਾ ਝੋਰਾ ਲੱਗਾ, ਪਰ ਧੀਰਕ ਗੁਰੂ ਆ ਕੇ ਧੀਰਜ ਕਿਵੇਂ ਦਿੰਦਾ ਆ? ਉਸ ਦਿਨ ਗੁਰੂ ਕੀ ਸੰਗਤ ਆ ਕੇ ਦਰਵਾਜ਼ਾ ਖੜਕਾਉਂਦੀ ਹੈ, ਮਾਈ ਤੂੰ ਧਰਮਸ਼ਾਲਾ ਨਹੀਂ ਆਈ ਅੱਜ। ਮਾਈ ਨੇ ਆਪਣੇ ਅੱਖਾਂ ਦੀਆਂ ਹੰਝੂਆਂ ਨੂੰ ਪਰੇ ਕਰਕੇ ਅਤੇ ਕਹਿੰਦੀ, ਮੇਰਾ ਗੁਰੂ ਆਪ ਆ ਗਿਆ ਮੈਨੂੰ ਧੀਰਜ ਦਿਲਾਸਾ ਦੇਣ ਵਾਸਤੇ। ਕਦੇ ਗੁਰੂ ਨਾਲ ਪਿਆਰ ਕਰਕੇ ਦੇਖੀਏ ਪਿਆਰਿਓ, ਕਿਸੇ ਨਾ ਕਿਸੇ ਰੂਪ ਵਿੱਚ ਗੁਰੂ ਆ ਕੇ ਧੀਰਜ ਬਖਸ਼ ਦਿੰਦਾ ਆ। ਉਹ ਜਿਵੇਂ ਜਿਵੇਂ ਮਾਈ ਨੂੰ ਪਤਾ ਲੱਗਦਾ ਅਨੰਦਪੁਰ ਸਾਹਿਬ ਉੱਜੜ ਗਿਆ, ਪਤਾ ਲੱਗਦਾ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਪਤਾ ਲੱਗਦਾ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਜਿਸ ਤਰ੍ਹਾਂ ਗੁਰੂ ਕੇ ਪਿਆਰਿਓ ਦੁੱਖ ਵਧੀ ਜਾਂਦੇ ਆ, ਉਸ ਦੇ ਨਾਲ ਨਾਲ ਗੁਰੂ ਪੂਰਾ ਹੋਰ ਧੀਰਜ ਦਿੰਦਾ ਮਾਈ ਨੂੰ ਅੰਦਰੋਂ। ਮਾਈ ਦੀ ਅਵਸਥਾ ਵਧੀ ਜਾਂਦੀ ਆ। ਗੁਰੂ ਕੇ ਪਿਆਰਿਓ, ਸੱਤਵੀਂ ਔਖੀ ਰਾਤ ਆਉਂਦੀ ਆ, ਪਰ ਪਿਆਰਿਓ ਉਹ ਰਾਤ ਕੋਈ ਔਖੀ ਨਹੀਂ, ਉਹ ਬੜੀ ਸੁਖੈਨ ਹੈ। ਉਸ ਰਾਤ ਨੂੰ ਮਾਈ ਆਪ ਸਰੀਰ ਛੱਡ ਕੇ ਅਤੇ ਪਰਮੇਸ਼ਰ ਦੇ ਚਰਨਾਂ 'ਚ ਵਿਰਾਜਦੀ, ਇਤਨੀ ਖੁਸ਼ੀ ਨਾਲ ਵਿਰਾਜਦੀ ਆ ਨਾ। ਸੱਚੀ ਗੱਲ, ਗੁਰਸਿੱਖ ਦੀ ਮੌਤ 'ਤੇ ਵੀ ਕੀਰਨੇ ਨਹੀਂ ਪੈਂਦੇ, ਕੀਰਨੇ ਨਹੀਂ ਪਿਆਰਿਓ, ਜਦੋਂ ਗੁਰਸਿੱਖ ਚੜ੍ਹਾਈ ਕਰਦਾ ਉਦੋਂ ਕੀਰਤਨ ਹੁੰਦਾ ਹੈ। ਕੀਰਤਨ ਦੁਨੀਆਂ ਦੇ ਲੋਕਾਂ ਵਾਸਤੇ ਕੀਰਨੇ ਪੈਂਦੇ ਹੋਣਗੇ, ਪਰ ਸਿੱਖ ਵਾਸਤੇ ਕੀਰਤਨ ਹੈ। ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਗੁਰੂ ਅਮਰਦਾਸ ਜੀ ਨੇ ਆਖਿਆ। ਹਰ ਧੀਰਕ ਅਤੇ ਅੱਜ ਬੜੀ ਲੋੜ ਹੈ, ਕਿਉਂਕਿ ਇਸ ਸੰਸਾਰ ਦੇ ਵਿੱਚ ਬੰਦਾ ਲੋਕਾਂ ਤੋਂ ਧੀਰਜ, ਲੋਕਾਂ ਤੋਂ ਹੌਂਸਲਾ ਜਿਹੜਾ ਲੈਣਾ ਚਾਹੁੰਦਾ ਆ। ਫਲਾਨਾ ਮੈਨੂੰ ਹੌਂਸਲਾ ਦੇ, ਫਲਾਨਾ ਮੈਨੂੰ ਧੀਰਜ ਦੇਵੇ, ਫਲਾਨਾ ਮੈਨੂੰ ਸਹਾਰਾ ਦੇਵੇ, ਪਰ ਪਿਆਰਿਓ ਜਦੋਂ ਗੁਰੂ ਗੋਬਿੰਦ ਸਿੰਘ ਸਹਾਰਾ ਦਿੰਦੇ ਆ ਨਾ, ਤਾਂ ਉਹ ਵੱਖਰਾ ਹੀ ਆਨੰਦ ਆਉਂਦਾ। ਜਦੋਂ ਗੁਰੂ ਨਾਨਕ ਸਾਹਿਬ ਅੰਦਰੋਂ ਹੱਥ ਦੇ ਕੇ ਰੱਖਦੇ ਆ ਨਾ ਬੰਦੇ ਨੂੰ, ਸੱਚੀ ਗੱਲ ਹੈ, ਜਿਹਨੂੰ ਕੋਈ ਵੀ ਲਾਗੇ ਨਹੀਂ ਲਾਉਂਦਾ, ਮੇਰਾ ਗੁਰੂ ਨਾਨਕ ਪਾਤਸ਼ਾਹ ਦੀਪਾਲਪੁਰ ਵਿੱਚ ਜਾ ਕੇ ਕੋਹੜੀ ਨੂੰ ਵੀ ਆਪਣੇ ਸੀਨੇ ਨਾਲ ਲਾ ਦਿੰਦੇ। ਜੇ ਕੋ ਡੁੱਬੈ ਫਿਰ ਹੋਵੇ ਸਾਰ, ਗੁਰੂ ਨਾਨਕ ਸਾਹਿਬ ਕਹਿੰਦੇ। ਉਹ ਕੋਹੜੀ ਕਹਿੰਦਾ, ਮੈਂ ਡੁੱਬ ਚੱਲਿਆ ਮਹਾਰਾਜ, ਮੈਨੂੰ ਕੋਈ ਗੱਲ ਨਾਲ ਨਹੀਂ ਲਾਉਂਦਾ। ਗੁਰੂ ਨਾਨਕ ਸਾਹਿਬ ਕਹਿੰਦੇ, ਸਾਡੇ ਘਰ ਦੇ ਵਿੱਚ ਡੁੱਬਦਿਆਂ ਨੂੰ ਵੀ ਤਾਰ ਸਕਦੇ। ਜੇ ਕੋ ਡੁੱਬੈ ਫਿਰ ਹੋਵੇ ਸਾਰ, ਇਹੋ ਜਿਹੀ ਧੀਰਜ, ਇਹੋ ਜਿਹਾ ਅੰਦਰ ਦਾ ਹੌਸਲਾ, ਇਹੋ ਜਿਹਾ ਸਹਾਰਾ ਪਿਆਰਿਓ, ਗੁਰੂ ਵਰਗਾ ਸਹਾਰਾ ਸੰਸਾਰ ਵਿੱਚ ਨਹੀਂ। ਜੇ ਧੰਨ ਗੁਰੂ ਰਾਮਦਾਸ ਕਹਿੰਦੇ, ਤੂੰ ਨਾਮ ਦਾ ਹੀਰਾ ਪੱਲੇ ਬੰਨ, ਗੁਰੂ ਪੂਰਾ ਸਦਾ ਤੈਨੂੰ ਧੀਰਜ ਦੇਣ ਵਾਸਤੇ ਖੜ੍ਹੇ ਹੋਣਗੇ। ਖੈਰ ਪਿਆਰਿਓ, ਮੈਂ ਅਗਲੀ ਗੱਲ, ਹਰ ਸ਼ਾਬਾਸ਼, ਹਰੀ ਦੀ ਜਿਹੜੀ ਸ਼ਾਬਾਸ਼ ਹੈ ਨਾ, ਉਹ ਦੁਨੀਆਂ ਦੀ ਸ਼ਾਬਾਸ਼ ਨੂੰ ਪਰੇ ਛੱਡ ਦਿੰਦੀ ਹੈ। ਇੱਕ ਵਾਰੀ ਸ਼ੇਖ ਫਰੀਦ ਸਾਹਿਬ ਜੀ ਆਪਣੇ ਘਰ ਪਰਤਦੇ ਆ ਬੰਦਗੀ ਕਰਦੇ ਹੋਏ, ਕਿਉਂਕਿ ਸਮਾਂ ਬਹੁਤ ਸੀਮਿਤ ਆ, ਥੋੜ੍ਹੇ ਧਿਆਨ ਇਕਾਗਰਤਾ ਨਾਲ ਸੁਣ ਲਈਏ, ਮੈਂ ਅੱਖਰੀ ਅਰਥਾਂ ਵੱਲ ਬਹੁਤ ਛੇਤੀ ਆਵਾਂਗਾ। ਸ਼ੇਖ ਫਰੀਦ ਜੀ ਘਰ ਆਉਂਦੇ ਨੇ ਕਈ ਸਾਲਾਂ ਬਾਅਦ, ਅਤੇ ਉਸ ਵੇਲੇ ਜਦੋਂ ਬਹਿ ਜਾਂਦੇ ਆ ਅਤੇ ਉਹਨਾਂ ਦੀ ਭਰਜਾਈ ਉਹਨਾਂ ਦੇ ਕੇਸਾਂ ਦੇ ਵਿੱਚ ਤੇਲ ਝੱਸਦੀ ਹੈ, ਅਤੇ ਮਾਤਾ ਕੋਲ ਬੈਠੀ ਹੈ। ਜਦੋਂ ਮਾਤਾ ਕੋਲ ਬੈਠੀ ਹੈ ਅਤੇ ਢੋਲ ਵੱਜਣ ਦੀ ਆਵਾਜ਼ ਆਉਂਦੀ ਹੈ ਬਾਹਰੋਂ, ਅਤੇ ਸ਼ੇਖ ਫਰੀਦ ਸਾਹਿਬ ਜੀ ਦੇ ਇੱਕ ਭਰਾ ਸਨ ਮੁਰੀਦ, ਅਤੇ ਮਾਤਾ, ਕਿਉਂਕਿ ਇਹੋ ਜਿਹੀ ਮਾਂ
ਬਹੁਤ ਕਰਮਾਂ ਨਾਲ ਕਿਸ ਨੂੰ ਪ੍ਰਾਪਤ ਹੁੰਦੀ ਹੈ। ਜਿਹੜੀ ਮਾਂ ਆਪਣੇ ਬਾਕੀ ਸਾਰੀਆਂ ਮਾਵਾਂ ਜਿਹੜੀਆਂ ਆ ਦੁਨੀਆਂ ਦੇ ਅੰਦਰ ਆਪਣੇ ਬੱਚੇ ਲਈ ਪੜ੍ਹਾਈ ਮੰਗਦੀਆਂ ਨੇ, ਆਪਣੇ ਬੱਚੇ ਲਈ ਖਾਣਾ ਪੀਣਾ ਮੰਗਦੀਆਂ ਨੇ, ਆਪਣੇ ਬੱਚਿਆਂ ਲਈ ਬੜਾ ਕੁਛ ਮੰਗਦੀਆਂ, ਪਰ ਕੋਈ ਵਿਰਲੀ ਟਾਂਵੀ ਮਾਂ ਹੈ ਜਿਹੜੀ ਮਾਂ ਕਹਿੰਦੀ ਮੇਰਾ ਬੱਚਾ ਗੁਰਸਿੱਖ ਬਣੇ, ਮੇਰਾ ਬੱਚਾ ਰੱਬ ਨੂੰ ਪਿਆਰ ਕਰੇ, ਮੇਰੇ ਬੱਚੇ ਦੇ ਮੁੱਖ ਦੇ ਵਿੱਚੋਂ ਪਹਿਲੀ ਆਵਾਜ਼ ਸਤਨਾਮ ਦੀ ਆਵੇ। ਇਹੋ ਜਿਹੀ ਕੋਈ ਭਾਗਾਂ ਵਾਲੀ ਮਾਂ ਹੈ? ਪਰ ਹੈ ਨਾ ਜ਼ਰੂਰ। ਮੈਂ ਤੁਹਾਨੂੰ ਦੱਸਿਆ, 2.5 ਸਾਲ ਦੀ ਬੱਚੀ ਕੋਲੋਂ ਮੈਂ ਜਾਪ ਸਾਹਿਬ ਦਾ ਪਾਠ ਕੰਠ ਸੁਣਿਆ ਹੈ। 2.5 ਸਾਲ ਦੀ ਬੱਚੀ ਕੋਲ ਇਹੋ ਜਿਹੇ ਮਾਤਾ ਪਿਤਾ ਹੈ ਸੰਸਾਰ ਦੇ ਅੰਦਰ। ਡੋਲੀਏ ਨਾ, ਗੁਰਸਿੱਖੀ ਗਈ ਨਹੀਂ ਕਿਤੇ ਵੀ, ਨਾ ਹੀ ਜਾ ਸਕਦੀ ਹੈ। ਕਈ ਵਾਰੀ ਕਹਿੰਦੇ ਜੀ ਨਹੀਂ ਇਹ ਹੋ ਗਿਆ ਜੀ ਪੰਥ ਦਾ, ਨਹੀਂ ਪਿਆਰਿਓ, ਪੰਥ ਦਾ ਰਖਵਾਲਾ ਕਲਗੀਧਰ ਆ, ਉਹਦਾ ਪੰਥ ਨੂੰ ਕੌਣ ਨਾਸ ਕਰ ਸਕੇਗਾ? ਧੀਰਜ ਰੱਖੀ ਅੰਦਰ, ਹਰ ਧੀਰਕ ਹਰ ਸ਼ਾਬਾਸ। ਮੈਂ ਬੇਨਤੀ ਕਰਾਂ ਪਿਆਰਿਓ, ਸ਼ੇਖ ਫਰੀਦ ਜੀ ਆਪਣੇ ਘਰ ਪਰਤਦੇ ਆ, ਜਦੋਂ ਘਰੇ ਆਏ ਤੇ ਢੋਲ ਵੱਜਦੀ ਆਵਾਜ਼ ਸੁਣੀ। ਫਰੀਦ ਨੇ ਪੁੱਛਿਆ, ਮਾਂ ਢੋਲ ਦੀ ਆਵਾਜ਼ ਕਿੱਥੋਂ ਆ ਰਹੀ ਹੈ? ਮਾਂ ਨੇ ਆਖਿਆ, ਫਰੀਦ ਤੂੰ ਤੇ 12 ਸਾਲ ਜੰਗਲਾਂ ਚ ਲਾ ਦਿੱਤੇ ਆ, ਤੇਰੇ ਭਰਾ ਮੁਰੀਦ ਨੇ ਇੱਕ ਚੱਕ ਬੰਨਿਆ ਈ। ਆਪ ਜੀ ਸਮਝਦੇ ਹੋ, ਚੱਕ ਬੰਨਿਆ ਮਤਲਬ ਕਿ ਇੱਕ ਪਿੰਡ ਦੀ ਮੋਹਰੀ ਗੱਡੀ, ਇੱਕ ਨਵਾਂ ਪਿੰਡ ਵਸਾਇਆ, ਤੇ ਉਹਦੀ ਖੁਸ਼ੀ ਦੇ ਵਿੱਚ 10-10 ਕੋਹ ਤੱਕ ਢੋਲ ਦੀ ਆਵਾਜ਼ ਸੁਣਾਈ ਦੇ ਰਹੀ ਆ। ਉਸ ਵੇਲੇ ਸ਼ੇਖ ਫਰੀਦ ਜੀ ਥੋੜਾ ਹੱਸੇ, ਚਿਹਰਾ ਜਿਹੜਾ ਆ ਇੱਕਦਮ ਲਾਲ ਸੁਰਖ ਹੋ ਗਿਆ। ਕਹਿੰਦੇ, ਮਾਂ ਮੁਰੀਦ ਨੇ ਇੱਕ ਚੱਕ ਬੰਨਿਆ ਈ, 10 ਕੋਹ ਤੱਕ ਉਹਦੇ ਢੋਲ ਦੀ ਆਵਾਜ਼ ਜਿਹੜੀ ਆ ਉਹ ਸੁਣਾਈ ਦਿੰਦੀ ਆ। ਕਹਿੰਦੇ, ਮਾਂ ਮੇਰਾ ਢੋਲ ਗੰਢੀਂਦਾ ਪਿਆ ਈ, ਜਿਸ ਦਿਨ ਮੇਰਾ ਢੋਲ ਤਿਆਰ ਹੋਵੇਗਾ 4 ਕੁੰਟਾਂ ਦੇ ਵਿੱਚ ਰਹਿੰਦੀ ਦੁਨੀਆਂ ਤੱਕ ਮੇਰੇ ਢੋਲ ਦੀ ਆਵਾਜ਼ ਦੁਨੀਆਂ ਨੂੰ ਸੁਣਾਈ ਦੇਵੇਗੀ। ਹਰ ਧੀਰਕ ਹਰ ਸ਼ਾਬਾਸ਼। ਤੇ ਪਿਆਰਿਓ, ਜਦੋਂ ਅਖੰਡ ਪਾਠ ਸਾਹਿਬ ਦਾ ਭੋਗ ਹੁੰਦਾ ਤੇ ਪਾਠੀ ਸਿੰਘ ਪੜ੍ਹਦਾ ਸਲੋਕ ਸੇਖ ਫਰੀਦ ਕੇ, ਉਸ ਵੇਲੇ ਸ਼ੇਖ ਫਰੀਦ ਜੀ ਦਾ ਢੋਲ ਵੱਜਦਾ ਪਿਆ, ਅੱਜ ਤੱਕ ਵੱਜਦਾ ਪਿਆ। ਪਿਆਰਿਓ, ਜਦੋਂ ਗੁਰੂ ਸ਼ਾਬਾਸ਼ ਦਿੰਦਾ ਹੈ ਨਾ, ਤੇ ਮੈਂ ਬੇਨਤੀ ਕਰਾਂ, ਰੱਬ ਨੇ ਫਰੀਦ ਜੀ ਦੀ ਇਹੋ ਜਿਹੀ ਸ਼ਾਬਾਸ਼ ਕੀਤੀ, ਰਹਿੰਦੀ ਦੁਨੀਆਂ ਤੱਕ ਫਰੀਦ ਜੀ ਦੇ ਢੋਲ ਦੀ ਆਵਾਜ਼ ਸਾਰੀ ਦੁਨੀਆਂ 'ਚ ਗੂੰਜ ਰਹੀ ਹੈ। ਸਿੱਖਾ, ਤੂੰ ਆਪਣੇ ਪੱਲੇ ਨਾਮ ਦਾ ਹੀਰਾ ਬੰਨ, ਤੂੰ ਆਪਣੇ ਪੱਲੇ ਨਾਮ ਦਾ ਧਨ ਖੱਟ। ਸੱਚੀ ਗੱਲ ਹੈ, 4 ਕੁੰਟਾਂ ਦੇ ਵਿੱਚ ਗੁਰੂ ਪੂਰਾ ਤੇਰੀ ਵੀ ਸ਼ਾਬਾਸ਼ ਕਰਾਏਗਾ। ਖੈਰ ਪਿਆਰਿਓ, ਆਪਾਂ ਅੱਖਰੀ ਅਰਥਾਂ ਵੱਲ ਆਉਣਾ ਹੈ। ਧੰਨ ਗੁਰੂ ਰਾਮਦਾਸ ਮਾਰੂ ਰਾਗ ਦੇ ਅੰਦਰ ਫਰਮਾਉਂਦੇ ਹਨ, ਮਾਰੂ ਮਹੱਲਾ ਚੌਥਾ ਹਉ ਪੂੰਜੀ ਨਾਮ ਦਸਾਏ ਦਾ। ਮਹਾਰਾਜ ਕਹਿੰਦੇ, ਮੈਨੂੰ ਕੋਈ ਦੱਸੇ ਦਸਾਏ ਦਾ, ਮੈਂ ਭਾਲਦਾ ਆ, ਮੈਂ ਲੱਭਣ ਤੁਰਿਆ ਆ, ਨਾਮ ਦੀ ਪੂੰਜੀ ਨਾਮ ਦਾ ਧਨ ਕਿੱਥੋਂ ਮਿਲੇਗਾ? ਕੋ ਦੱਸੇ ਹਰ ਧਨ ਰਾਸ, ਕੋਈ ਹੈ ਜਿਹੜਾ ਮੇਰੇ ਪੱਲੇ ਦੇ ਵਿੱਚ ਨਾਮ ਦਾ ਧਨ ਪਾਏਗਾ? ਹੋ ਤਿਸ ਵਿੱਟ ਹੋ ਖਨ ਖੰਨੀ ਹੈ। ਕਹਿੰਦੇ, ਮੈਂ ਟੁਕੜੇ ਟੁਕੜੇ ਹੋ ਜਾਵਾਂ ਉਸ ਦੇ ਦਰ ਤੇ, ਜਿਹੜਾ ਮੈਨੂੰ ਨਾਮ ਦਾ ਧਨ ਦੇਵੇ ਨਾ। ਤੇ ਸੱਚੀ ਮੁੱਚੀ ਗੁਰੂ ਕੇ ਪਿਆਰਿਓ, ਗੁਰੂ ਗ੍ਰੰਥ ਸਾਹਿਬ ਨਾਮ ਦੇ ਦਾਤੇ ਨੇ। ਇੱਕ ਵਾਰੀ ਕੁਰਬਾਨ ਹੋ ਕੇ ਦਾ ਵੇਖੀਏ, ਜਦੋਂ ਗੁਰੂ ਤੋਂ ਕੁਰਬਾਨ ਹੋਵਾਂਗੇ ਨਾ, ਗੁਰੂ ਪੂਰਾ ਨਾਮ ਦੀ ਦਾਤਾਂ ਬਖਸ਼ ਦਿੰਦਾ ਹੈ। ਅੰਦਰ ਨਾਮ ਜਿਹੜਾ ਹੈ ਰਗ ਰਗ ਦੇ ਵਿੱਚ, ਲੂਹ ਲੂਹ ਦੇ ਵਿੱਚ, ਰੋਮ ਰੋਮ ਦੇ ਵਿੱਚ ਗੁਰੂ ਪੂਰਾ ਅੰਮ੍ਰਿਤ ਭੇਜ ਦਿੰਦਾ ਹੈ। ਮਹਾਰਾਜ ਕਹਿੰਦੇ, ਮੈਂ ਮੇਲੇ ਹਰ ਪ੍ਰਭ ਪਾਸ, ਕਿਹੜਾ ਆ ਜਿਹੜਾ ਮੈਨੂੰ ਵਾਹਿਗੁਰੂ ਪਰਮਾਤਮਾ ਨਾਲ ਮਿਲਦਾ ਹੈ? ਮੈਂ ਅੰਤਰ ਪ੍ਰੇਮ ਪਿਰਮ ਕਾ, ਮੇਰੇ ਅੰਦਰ ਕੇਵਲ ਉਸ ਪਿਆਰੇ ਵਾਹਿਗੁਰੂ ਦਾ ਪ੍ਰੇਮ ਵਸਿਆ ਹੋਇਆ ਹੈ ਕਿ ਉਹ ਸੱਜਣ ਮਿਲੈ ਮਿਲਾਸ। ਕੋਈ ਹੈ ਸੱਜਣ ਜਿਹੜਾ ਮੈਨੂੰ ਉਸ ਦੇ ਨਾਲ ਮਿਲਾ ਦੇ?
ਰਹਾਉ ਦੀਆਂ ਪੰਕਤੀਆਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਮਨ ਪਿਆਰਿਆ ਮਿੱਤਰਾ, ਉਹ ਪਿਆਰੇ ਮਿੱਤਰਾ ਮਨਾ, ਮੈਂ ਹਰ ਹਰ ਨਾਮ ਧਨ ਰਾਸ, ਹੁਣ ਦੁਨੀਆਂ ਦੇ ਧਨ ਮਗਰ ਨਹੀਂ ਭੱਜਣਾ, ਹੁਣ ਗੁਰੂ ਦੇ ਚਰਨਾਂ ਵਿੱਚ ਭੱਜ ਕੇ ਨਾਮ ਦਾ ਧਨ ਲੈਣਾ ਹੈ। ਗੁਰਪੂਰੈ ਨਾਮ ਦਿਰੜਾਇਆ, ਜਿਸ ਦੇ ਸਿਰ ਉੱਤੇ ਗੁਰੂ ਪੂਰਾ ਹੱਥ ਰੱਖ ਕੇ ਨਾਮ ਦੀ ਦਾਤ ਬਖਸ਼ ਦਿੰਦਾ ਆ, ਹਰ ਧੀਰਕ ਹਰ ਸਾਵਾਸ, ਉਹਨੂੰ ਧੀਰਜ ਦੇਣ ਵਾਲਾ, ਉਹਨੂੰ ਹੌਸਲਾ ਦੇਣ ਵਾਲਾ, ਉਹਨੂੰ ਉਤਸ਼ਾਹ ਦੇਣ ਵਾਲਾ ਪ੍ਰਭੂ ਆਪ ਹੋ ਜਾਂਦਾ ਆ। ਚਾਰ ਕੁੰਟਾਂ ਦੇ ਵਿੱਚ ਰਹਿੰਦੀ ਦੁਨੀਆਂ ਤੱਕ ਉਹਦੀ ਸ਼ਾਬਾਸ, ਉਹਦੀ ਸ਼ੋਭਾ ਹੁੰਦੀ ਹੈ। ਮਹਾਰਾਜ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਰਹਾਓ ਹਰ ਹਰ ਆਪ ਮਿਲਾਏ ਗੁਰ, ਹੇ ਵਾਹਿਗੁਰੂ ਕਿਰਪਾ ਕਰੋ ਮੈਨੂੰ ਗੁਰੂ ਨਾਲ ਮਿਲਾ ਲਿਆ। ਦੇਖੋ ਪਿਆਰਿਓ, ਗੁਰੂ ਤੋਂ ਬਿਨਾਂ ਨਾਮ ਦੀ ਦਾਤ ਨਹੀਂ ਪ੍ਰਾਪਤ ਹੁੰਦੀ, ਅਤੇ ਪੂਰੇ ਗੁਰੂ ਨੇ ਧੰਨ ਗੁਰੂ ਗ੍ਰੰਥ ਸਾਹਿਬ। ਨਾਮ ਦੀ ਦਾਤ ਕਿਸੇ ਬੰਦੇ ਦੇ ਦੁਆਰੇ ਤੋਂ ਨਹੀਂ, ਜਿਹੜਾ ਆਪ ਮੰਗਤਾ ਆ ਉਹ ਕਿਵੇਂ ਨਾਮਦਾਨ ਦੇ ਸਕੇ, ਜਿਹੜਾ ਆਪ ਬੰਦਾ ਮੰਗਤਾ, ਨਹੀਂ, ਨਾਮਦਾਨ ਉਹੀ ਦੇ ਸਕਦਾ ਆ ਜਿਹੜਾ ਸਾਰੀ ਦੁਨੀਆਂ ਦਾ ਦਾਤਾ ਹੋਵੇ। ਤੂੰ ਦਾਤਾ ਜੀਆਂ ਸਭਨਾ ਕਾ ਵਸੋ ਮੇਰੇ ਮਨ। ਖੈਰ ਪਿਆਰਿਓ, ਧੰਨ ਗੁਰੂ ਰਾਮਦਾਸ ਕਹਿੰਦੇ ਨੇ ਕਿ ਹਰ ਹਰ ਆਪ ਮਿਲਾਏ ਗੁਰ, ਮੈਂ ਦੱਸੇ ਹਰ ਧਨ ਰਾਸ, ਮੈਨੂੰ ਗੁਰੂ ਦੇ ਨਾਲ ਮਿਲਾ ਦੇ, ਗੁਰੂ ਪੂਰਾ ਮੇਰੇ ਪੱਲੇ ਦੇ ਵਿੱਚ ਸੱਚਾ ਧਨ ਪਾ ਦੇਗਾ। ਬਿਨ ਗੁਰ ਪ੍ਰੇਮ ਨਾ ਲੱਭਈ ਜਨ ਵੇਖੋ ਮਨ ਨਿਰਜਾਸ। ਉਹ ਮਨਾ, ਤੂੰ ਚੰਗੀ ਤਰ੍ਹਾਂ ਇਸ ਗੱਲ ਦੀ ਪੜਤਾਲ ਕਰ ਲੈ, ਪੂਰੇ ਗੁਰੂ ਤੋਂ ਬਿਨਾਂ ਪ੍ਰੇਮ ਦਾ ਪਦਾਰਥ ਤੇਰੇ ਪੱਲੇ ਪੈਣਾ ਨਹੀਂ, ਅਤੇ ਪ੍ਰੇਮ ਤੋਂ ਬਿਨਾਂ ਰੱਬ ਦੇ ਨਾਲ ਤੇਰੀ ਤਾਰ ਜੁੜ ਨਹੀਂ ਸਕਦੀ। ਹਰ ਗੁਰ ਵਿੱਚ ਆਪ ਰੱਖਿਆ, ਹਰ ਗੁਰ ਵਿੱਚ ਆਪ ਰੱਖਿਆ, ਹਰੀ ਪਰਮਾਤਮਾ ਆਪ ਗੁਰੂ 'ਚ ਬੈਠੇ ਨੇ। ਮੈਂ ਬੇਨਤੀ ਕਰਾਂ ਪਿਆਰਿਓ, ਗੁਰੂ ਵਿਅਕਤੀ ਨਹੀਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੂੰ ਮਾਨੁਖ ਕਾ ਕਰ ਰੂਪ ਨਾ ਜਾਣ, ਧੰਨ ਗੁਰੂ ਨਾਨਕ ਸਾਹਿਬ ਨਿਰੰਜਣੀ ਜੋਤ ਹੈ ਪਰਮਾਤਮਾ ਦੀ। ਅਤੇ ਮੈਂ ਇਹ ਗੱਲ ਨਹੀਂ ਆਖੀ ਨਿਰੰਜਣੀ ਜੋਤ ਸੀ, ਕਿਉਂਕਿ ਪਿਆਰਿਓ ਜੋਤ ਅੱਜ ਵੀ ਲੱਟ ਮੱਟ ਉਸੇ ਤਰ੍ਹਾਂ ਜਗ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਧੰਨ ਗੁਰੂ ਨਾਨਕ ਸਾਹਿਬ ਪਰਮੇਸ਼ਰ ਦੀ ਨਿਰੰਜਣੀ ਜੋਤ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਹਰ ਗੁਰ ਵਿੱਚ ਆਪ ਰੱਖਿਆ, ਪਰਮਾਤਮਾ ਨੇ ਆਪਣੇ ਆਪ ਨੂੰ ਗੁਰੂ ਦੇ ਵਿੱਚ ਫਿੱਟ ਕੀਤਾ ਹੋਇਆ ਹੈ। ਹਰ ਮੇਲੇ ਗੁਰ ਸਾਵਾਸ, ਕਹਿੰਦੇ ਜਦੋਂ ਜਿਹੜਾ ਗੁਰੂ ਮੈਨੂੰ ਪਰਮਾਤਮਾ ਨਾਲ ਮਿਲਦਾ ਹੈਗਾ ਨਾ, ਸੱਚੀ ਗੱਲ ਮੈਂ ਆਪਣੀ ਨਿੱਕੀ ਜਿਹੀ ਜੀਭ ਦੇ ਨਾਲ ਉਹਦੀ ਸ਼ਾਬਾਸੇ ਦਿਨ ਰਾਤ ਗਾਉਂਦਾ ਰਹਾਂ। ਸਾਗਰ ਭਗਤ ਭੰਡਾਰ ਹਰ ਪੂਰੇ ਸਤਿਗੁਰ ਪਾਸ, ਪੂਰੇ ਸਤਿਗੁਰੂ ਦੇ ਕੋਲ ਭਗਤੀ ਦਾ ਕੇਵਲ ਖਜ਼ਾਨਾ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਰਾਮਦਾਸ ਕਹਿੰਦੇ ਉੱਥੇ ਤੇ ਭਗਤੀ ਜਿਹੜੀ ਆ ਉੱਛਲ ਉੱਛਲ ਕੇ ਜਿਵੇਂ ਇੱਕ ਸਮੁੰਦਰ ਹੈ, ਤੇ ਇਹੋ ਜਿਹਾ ਸਮੁੰਦਰ। ਮੈਂ ਬੇਨਤੀ ਕਰਾਂ ਪਿਆਰਿਓ, ਕਿਉਂਕਿ ਅੱਜ ਸਮਾਂ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਇਹੋ ਜਿਹੇ ਸਮੁੰਦਰ ਨੇ, ਜਦੋਂ ਇੱਕ ਵਾਰੀ ਬੰਦਾ ਟੁੰਬੀ ਲਾਏ ਨਾ, ਸੱਚੀ ਗੱਲ ਹੈ ਹੀਰੇ ਮੋਤੀ ਜਵਾਹਰਾਤ ਇਸ ਸਮੁੰਦਰ 'ਚੋਂ ਮਿਲ ਜਾਂਦੇ ਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰੇ ਪਾਤਸ਼ਾਹ, ਇਹਨਾਂ ਦੇ ਕੋਲ ਭਗਤੀ ਦੇ ਭੰਡਾਰੇ ਆ, ਨਾਮ ਦੇ ਭੰਡਾਰੇ ਆ, ਸਹਿਜ ਦੇ ਭੰਡਾਰੇ ਆ, ਪ੍ਰੇਮ ਦੇ ਭੰਡਾਰੇ ਆ, ਗਿਆਨ ਦੇ ਭੰਡਾਰੇ ਆ, ਧਿਆਨ ਦੇ ਭੰਡਾਰੇ ਆ। ਗੁਰੂ ਪੂਰਾ ਇੱਕ ਗਹਿਰਾ ਸਾਗਰ ਹੈ। ਸਤਿਗੁਰੂ ਤੁੱਠਾ ਖੋਲ ਦੇ ਮੁਖ ਗੁਰਮੁਖ ਹਰ ਪ੍ਰਗਾਸ, ਕਹਿੰਦੇ ਜਦੋਂ ਪੂਰਾ ਗੁਰੂ ਨਾ ਖਜ਼ਾਨਿਆਂ ਨੂੰ ਖੋਲ ਦਿੰਦਾ ਹੈ ਨਾ, ਤੇ ਖਜ਼ਾਨੇ ਕਿਵੇਂ ਖੁੱਲਦੇ ਆ, ਆਪਣੇ ਮੁਖ ਤੋਂ
ਗੁਰੂ ਪੂਰਾ ਜਦੋਂ ਉਪਦੇਸ਼ ਦਿੰਦਾ ਆ, ਸੱਚੀ ਗੱਲ ਹੈ, ਖਜ਼ਾਨੇ ਖੁੱਲ ਰਹੇ ਹੁੰਦੇ ਆ। ਮੁਖ ਗੁਰਮੁਖ ਹਰ ਪ੍ਰਗਾਸ, ਜਦੋਂ ਗੁਰੂ ਆਪਣੇ ਮੁਖ ਚੋਂ ਬਚਨ ਕਰਦੇ ਆ ਨਾ, ਤੇ ਮੈਂ ਬੇਨਤੀ ਕਰਾਂ ਸਿੱਖਾ, ਜਦੋਂ ਤੇਰੇ ਹੱਥ ਵਿੱਚ ਜਪਜੀ ਸਾਹਿਬ ਦਾ ਗੁਟਕਾ ਹੈ ਨਾ, ਗੁਰੂ ਪੂਰਾ ਖਜ਼ਾਨੇ ਖੋਲ੍ਹ ਰਿਹਾ ਹੈ। ਜਦੋਂ ਸਹਿਜ ਪਾਠ ਦੀ ਪੋਥੀ ਦੇ ਕੋਲ ਬਹਿੰਦਾ ਆ, ਗੁਰੂ ਪੂਰੇ ਖਜ਼ਾਨੇ ਖੋਲ੍ਹ ਰਿਹਾ ਹੈ। ਮੇਰੇ ਗੁਰੂ ਅਰਜਨ ਨੇ ਪੋਥੀਆਂ ਵੱਲ ਦੇਖ ਕੇ ਆਖਿਆ ਸੀ ਨਾ ਕਿ ਇਹ ਖਜ਼ਾਨਾ ਹੈ। ਜਦੋਂ ਤੂੰ ਸਿਮਰਨ ਕਰਦਾ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਨਾ, ਤੇ ਗੁਰੂ ਪੂਰਾ ਖਜ਼ਾਨੇ ਖੋਲ੍ਹ ਰਿਹਾ। ਮੁਖ ਗੁਰਮੁਖ ਹਰ ਪ੍ਰਗਾਸ, ਗੁਰੂ ਦੇ ਵੱਲ ਨੂੰ ਆਪਣਾ ਮੁਖ ਕਰੀ। ਜਦੋਂ ਗੁਰੂ ਪੂਰਾ ਬਚਨਾਂ ਦੇ ਨਾਲ ਅੰਮ੍ਰਿਤ ਦੀ ਵਰਖਾ ਕਰਦਾ, ਤੇ ਤੇਰੇ ਦਿਲ ਰੂਪੀ ਮੰਦਰ ਦੇ ਅੰਦਰ ਪ੍ਰਗਾਸ਼ ਹੀ ਪ੍ਰਗਾਸ਼, ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ। ਮਹਾਰਾਜ ਕਹਿੰਦੇ, ਮਨ ਮੁਖ ਭਾਗ ਵਿਹੂਣਿਆ ਤਿਖ ਮੋਈਆਂ ਕੰਧੀ ਪਾਸ। ਕੰਧੀ ਨੂੰ ਕਹਿੰਦੇ ਨੇ ਕਿ ਕੰਡਾ। ਮਨਮੁਖ ਬੰਦੇ ਜਿਹੜੇ ਆ ਉਹ ਇਸ ਕੰਡੇ ਤੇ ਬੈਠਿਆ ਹੋਇਆ ਵੀ ਦਰਿਆ ਚੋਂ ਨਿਰਮਲ ਜਲ ਨਹੀਂ ਚੱਕ ਸਕਦੇ। ਉਹ ਪਿਆਰਿਆ, ਜੇ ਗੁਰਦੁਆਰੇ ਆਇਆ ਨਾ, ਆਪਣਾ ਮੁਖ ਗੁਰੂ ਵੱਲ ਨੂੰ ਕਰ, ਇਸ ਅੰਮ੍ਰਿਤ ਸਰੋਵਰ ਵਿੱਚੋਂ ਤੇਰੀ ਵੀ ਪਿਆਸ ਬੁੱਝ ਜਾਏਗੀ। ਗੁਰਦਾਤਾ ਦਾ ਤਾਰ ਹੈ ਹਉ ਮੰਗੋ ਦਾਨ ਗੁਰ ਪਾਸ। ਧੰਨ ਗੁਰੂ ਰਾਮਦਾਸ ਕਹਿੰਦੇ, ਗੁਰੂ ਪੂਰਾ ਹੀ ਦਾਤਾ ਹੈ, ਤੇ ਮੈਂ ਆਪਣੇ ਪੂਰੇ ਗੁਰੂ ਤੋਂ ਇੱਕ ਦਾਨ ਮੰਗਦਾ। ਚਿਰੀ ਵਿਛੁੰਨਾ ਮੇਲ ਪ੍ਰਭ, ਅਨੇਕਾਂ ਜਨਮਾਂ ਦੇ ਵਿਛੜੇ ਹੋਇਆਂ ਮੈਨੂੰ ਮਿਲਾ ਲਓ। ਮੈਂ ਮਨ ਤਨ ਵੱਡੜੀ ਆਸ, ਕੇਵਲ ਤੇਰੀ ਆਸ ਰੱਖੀ ਹੈ ਸਾਈਆਂ, ਬਾਕੀ ਢੇਰੀਆਂ ਢਾ ਦਿੱਤੀਆਂ। ਗੁਰ ਭਾਵੈ ਸੁਣ ਬੇਨਤੀ, ਜੇ ਤੈਨੂੰ ਭਾਵੇ ਤੇ ਮੇਰੀ ਬੇਨਤੀ ਜ਼ਰੂਰ ਸੁਣੀ। ਜਨ ਨਾਨਕ ਕੀ ਅਰਦਾਸ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਮੇਰੀ ਇਹੀ ਅਰਦਾਸ ਹੈ, ਮੇਰੀ ਇਹੀ ਬੇਨਤੀ ਹੈ ਪਿਆਰਿਓ। ਧੰਨ ਗੁਰੂ ਰਾਮਦਾਸ ਅੱਜ ਦੇ ਇਸ ਸ਼ਬਦ ਵਿੱਚ ਕਹਿੰਦੇ ਨੇ, ਨਾਮ ਦਾ ਧਨ ਜਿਹਦੇ ਪੱਲੇ ਆ ਨਾ, ਰੱਬ ਆਪ ਉਹਨੂੰ ਧੀਰਜ ਦਿੰਦਾ, ਰੱਬ ਆਪ ਉਹਦੀ ਜੈ ਜੈਕਾਰ ਕਰਾਉਂਦਾ। ਕਿਉਂ ਨਾ ਨਾਮ ਧਨ ਆਪਣੇ ਪੱਲੇ ਬੰਨੀਏ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਧ ਸੰਗਤ ਜੀਓ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਚਿਰੀ ਵਿਛੁੰਨਾ ਮੇਲ ਪ੍ਰਭ, ਮੈਂ ਮਨ ਤਨ ਵੱਡੜੀ ਆਸ, ਗੁਰ ਭਾਵੈ ਸੁਣ ਬੇਨਤੀ, ਜਨ ਨਾਨਕ ਕੀ ਅਰਦਾਸ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਤ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।